ਜਦੋਂ ਸਰਕਾਰਾਂ ਵੱਲੋਂ ਐਲਾਨ ਕੀਤੇ ਜਾਂਦੇ ਨੇ ਕਿ ਬੇਟੀ ਪੜ੍ਹਾਓ ਬੇਟੀ ਬਚਾਓ ਤਾਂ ਉਦੋਂ ਇਹ ਨਾਰੇ ਸਲੋਗਨ ਬਹੁਤ ਵਧੀਆ ਲੱਗਦੇ ਨੇ ਪਰ ਲੇਕਿਨ ਜਦੋਂ ਕੋਈ ਬੇਟੀ ਅੱਗੇ ਵਧਣ ਦੀ ਗੱਲ ਕਰਦੀ ਹੈ ਤਾਂ ਉਦੋਂ ਸਰਕਾਰਾਂ ਇਹਨਾਂ ਬੱਚਿਆਂ ਤੋਂ ਮੁੱਖ ਮੋੜ ਲੈਂਦੀਆਂ ਨੇ ਇੱਕ ਲੜਕੀ ਹੈ ਹਰਪ੍ਰੀਤ ਕੌਰ ਜੋ ਕਿ ਸਪੋਰਟਸ ਨਾਲ ਪਿਆਰ ਕਰਦੀ ਹੈ ਸਪੋਰਟਸ ਖੇਡਦੀ ਹੈਗੀ ਆ ਔਰ ਜਿੱਥੇ ਉਹਨੇ ਤਕਰੀਬਨ 500 ਦੇ ਕਰੀਬ ਜਿਹੜੇ ਹੈਗੇ ਨੇ ਇਨਾਮ ਜਿੱਤੇ ਹੋਏ ਨੇਗੇ ਜੋ ਇਸ ਦੇ ਘਰ ਦੀਆਂ ਦੀਵਾਰਾਂ ਦੇ ਉੱਪਰ ਇਸ ਵਕਤ ਲੱਗੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਇਸ ਦੇ ਘਰ ਦਾ ਸ਼ਿੰਗਾਰ ਬਣੇ ਹੋਏ ਨੇ ਇਹਨਾਂ ਦੇ ਘਰ ਦੇ ਅੰਦਰ ਪਾਣੀ ਭਰਿਆ ਹੋਇਆ ਹੈ ਇਦਨੇ ਮਾਤਾ ਜੀ ਪਾਣੀ ਕੱਢਣ ਲੱਗ ਰਹੇ ਨੇ ਔਰ ਪਿਤਾ ਜੀ ਪਾਣੀ ਕੱਢ ਰਹੇ ਨੇ ਘਰ ਦੇ ਵਿੱਚੋਂ ਤੇ ਸਾਰੀਆਂ ਟ੍ਰੋਫੀਆਂ ਭਿੱਜ ਕੇ ਪਾਣੀ ਦੇ ਨਾਲ ਗਿੱਲੀਆਂ ਹੋ ਚੁੱਕੀਆਂ ਨੇ ਸਾਰੇ ਕਮਰੇ ਦੇ ਵਿੱਚ ਪਾਣੀ ਭਰਿਆ ਹੋਇਆ ਇੱਕ ਤੁਹਾਡੇ ਵੱਲੋਂ ਇੱਕ ਵੀਡੀਓ ਬਣਾਈ ਗਈ ਸੀ ਜਿਹੜੀ ਉਹ ਵੀਡੀਓ ਵਾਇਰਲ ਕੀਤੀ ਗਈ ਹੈਗੀ ਆ ਉਹ ਤੁਹਾਡੇ ਘਰ ਦੀ ਹੀ ਹੈਗੀ ਆ ਹਾਂਜੀ ਉਹ ਵੀਡੀਓ ਸਾਡੇ ਘਰ ਦੀ ਆ ਮਤਲਬ ਅਸੀਂ ਚਾਹੁੰਦੇ ਤਾਂ ਨਹੀਂ ਸੀ ਪਰ ਜਦੋਂ ਜਮਾ ਨਾ ਸਰਿਆ ਫਿਰ ਅਸੀਂ ਉਹ ਵੀਡੀਓ ਬਣਾਉਣ ਲਈ ਮਜਬੂਰ ਹੋ ਗਏ ਇਹ ਇਹ 1988 ਦੇ ਵਿੱਚ ਬਣਿਆ ਹੋਇਆ ਸਾਡੇ ਪਿਤਾ ਜੀ ਨੇ ਬੈਂਕ ਦੇ ਵਿੱਚ ਲੱਗੇ ਹੋਏ ਸੀਗੇ ਜੀ ਉਹਨਾਂ ਨੇ ਬਣਾ ਕੇ ਉੱਤੇ ਦੀ ਹੁਣ ਤਾਂ ਜਿਹੜਾ ਸੀ ਪੈਸਾ ਕਮਾਉਣਾ ਹੀ ਵਸੇ ਇਹਨਾਂ ਦੀ ਰੋਟੀ ਰੋਜੀ ਰੋਟੀ ਚੱਲਦੀ ਹੈ ਮਕਾਨ ਬਣਾਉਣ ਦੀ ਸਾਡੇ ਚ ਹਿੰਮਤ ਹੈ ਨਹੀਂ ਬਹੁਤ ਜੂੰ ਦੇਖ ਰਿਆਂ ਸਰਕਾਰਾਂ ਕਹਿੰਦੀਆਂ ਨੇ ਬੇਟੀ ਬਚਾਓ ਬੇਟੀ ਪੜਾਓ ਹੁਣ ਬੇਟੀ ਵਿਚਾ ਲਈ ਬੇਟੀ ਪੜਾ ਲਈਜੀ ਤੇ ਹੁਣ ਅੱਗੇ ਸਰਕਾਰਾਂ ਦੇਖਣੇ ਨੇ ਬੇਟੀਆਂ ਤਾਂ ਬਹੁਤ ਨਹੀਂ ਜੀ ਕਿਉਂਕਿ ਸਾਡੇ ਵਸਾ ਮਕਾਨ ਦੀ ਹੈ ਜੀ ਮੇਰੀ ਬੇਟੀ ਦੇ ਸੁਪਨੇ ਨਾ ਰਹਿ ਜਾਣਾ ਕਿਤੇ ਸੇ ਮਕਾਨ ਥੱਲੇ ਆ ਕੇ ਡੰਗ ਜੀ ਬਹੁਤ ਮੰਦੂਗੀ ਹੁੰਦਾ ਬੱਚੀ ਲੱਤਾਂ ਤੜਾ ਕੇ ਰਹਿ ਜਾਂਦੀ ਆ ਸਾਡੇ ਘਰ ਦੀਆਂ ਹਲਾਤਾਂ ਪਾਣੀ ਚ ਭਿੱਜ ਜਾਂਦੀਆਂ ਨੇ ਬੱਚੇ ਦੀ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਤੇ ਮੈਂ ਹਾਂ ਸੰਜੀਵ ਗੋਇਲ ਜਦੋਂ ਸਰਕਾਰਾਂ ਵੱਲੋਂ ਐਲਾਨ ਕੀਤੇ ਜਾਂਦੇ ਨੇ ਕਿ ਬੇਟੀ ਪੜ੍ਹਾਓ ਬੇਟੀ ਬਚਾਓ ਤਾਂ ਉਦੋਂ ਇਹ ਨਾਰੇ ਸਲੋਗਨ ਬਹੁਤ ਵਧੀਆ ਲੱਗਦੇ ਨੇ ਪਰ ਲੇਕਿਨ ਜਦੋਂ ਕੋਈ ਬੇਟੀ ਅੱਗੇ ਵਧਣ ਦੀ ਗੱਲ ਕਰਦੀ ਹੈ ਤਾਂ ਉਦੋਂ ਸਰਕਾਰਾਂ ਇਹਨਾਂ ਬੱਚਿਆਂ ਤੋਂ ਮੁੱਖ ਮੋੜ ਲੈਂਦੀਆਂ ਨੇ ਇਸ ਤਰ੍ਹਾਂ ਦਾ ਹੀ ਇੱਕ ਮਾਮਲਾ ਦੇਖਣ ਨੂੰ ਮਿਲਿਆ ਹੈਗਾ ਸੰਗਰੂਰ ਜ਼ਿਲ੍ਹੇ ਦਾ ਪਿੰਡ ਸੰਤਪੁਰਾ ਜਿੱਥੋਂ ਦੀ ਇੱਕ ਲੜਕੀ ਹੈ ਹਰਪ੍ਰੀਤ ਕੌਰ ਜੋ ਕਿ ਸਪੋਰਟਸ ਨਾਲ ਪਿਆਰ ਕਰਦੀ ਹੈ ਸਪੋਰਟਸ ਖੇਡਦੀ ਹੈਗੀ ਆ ਔਰ ਜਿੱਥੇ ਉਹਨੇ तकरीबन 500 ਦੇ ਕਰੀਬ ਜਿਹੜੇ ਹੈਗੇ ਨੇ ਇਨਾਮ ਜਿੱਤੇ ਹੋਏ ਨੇਗੇ ਜੋ ਇਸ ਦੇ ਘਰ ਦੀਆਂ ਦੀਵਾਰਾਂ ਦੇ ਉੱਪਰ ਇਸ ਵਕਤ ਲੱਗੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਇਸ ਦੇ ਘਰ ਦਾ ਸ਼ਿੰਗਾਰ ਬਣੇ ਹੋਏ ਨੇ ਪਰ ਲੇਕਿਨ ਕੁਝ ਕਮੀ ਦੇ ਕਾਰਨ ਇਹ ਜਿਹੜੇ ਇਹਦੇ ਘਰ ਦੇ ਸ਼ਿੰਗਾਰ ਨੇ ਕਦੇ ਨਾ ਕਦੇ ਇਹ ਖਰਾਬ ਹੋਣ ਦੀ ਕਗਾਰ ਦੇ ਉੱਪਰ ਆ ਜਾਂਦੇ ਨੇ ਉਹ ਕਿਵੇਂ ਆ ਜਾਂਦੇ ਨੇ ਕਿਉਂਕਿ ਜਦੋਂ ਬਰਸਾਤਾਂ ਦਾ ਸਮਾਂ ਆਉਂਦਾ ਹੈ ਤਾਂ ਉਦੋਂ ਹਰਪ੍ਰੀਤ ਨੂੰ ਔਰ ਹਰਪ੍ਰੀਤ ਦੇ ਪਰਿਵਾਰ ਨੂੰ ਹੱਥ ਪੈਰਾਂ ਦੀ ਇਹ ਪੈ ਜਾਂਦੀਆਂ ਨੇ ਕਿਉਂਕਿ ਇਸ ਦਾ ਮਕਾਨ ਹੈ ਜੋ ਬਹੁਤ ਹੀ ਖਸਤਾ ਹਾਲਤ ਦੇ ਵਿੱਚ ਮਕਾਨ ਬਣਿਆ ਹੋਇਆ ਹੈ ਇਸ ਕਾਰਨ ਬਰਸਾਤੀ ਪਾਣੀ ਜੋ ਹੈ ਇਹਦੇ ਘਰ ਦੇ ਵਿੱਚ ਚਲਾ ਜਾਂਦਾ ਹੈ 2 ਦਿਨ ਪਹਿਲਾਂ ਦੀ ਜੋ ਵੀਡੀਓ ਇੱਕ ਵਾਇਰਲ ਹੋਈ ਸੀ ਇਹਨਾਂ ਦੇ ਵੱਲੋਂ ਕੀਤੀ ਗਈ ਸੀ ਇਹਨਾਂ ਦੇ ਮਕਾਨ ਦੇ ਵਿੱਚ ਪਾਣੀ ਭਰ ਗਿਆ ਸੀ ਪੂਰੀ ਤਰ੍ਹਾਂ ਛੱਤਾਂ ਜਿਹੜੀਆਂ ਹੈਗੀਆਂ ਸੀ ਚੋਣ ਲੱਗ ਗਿਆ ਸੀ ਮੈਂ ਇੱਕ ਵਾਰੀ ਤਸਵੀਰਾਂ ਕੈਮਰਾਮੈਨ ਨੂੰ ਕਹੂੰਗਾ ਕਿ ਛੱਤਾਂ ਦੇ ਤਸਵੀਰਾਂ ਜ਼ਰੂਰ ਦਿਖਾਈਆਂ ਜਾਣ ਛੱਤਾਂ ਦੇ ਵਿੱਚੋਂ ਪਾਣੀ ਜਿਹੜਾ ਹੈਗਾ ਟਿੱਪਕਣ ਲੱਗਿਆ ਸੀਗਾ ਬਰਸਾਤ ਹੋਣ ਦੇ ਕਾਰਨ ਜਿਸ ਕਰਕੇ ਇਹਨਾਂ ਦੇ ਵੱਲੋਂ ਜਿਹੜੇ ਇਨਾਮ ਜਿੱਤੇ ਹੋਏ ਸੀਗੇ ਉਹ ਵੀ ਖਰਾਬ ਹੋਣ ਲੱਗ ਗਏ ਔਰ ਇਹਨਾਂ ਦਾ ਜਿਹੜਾ ਇੱਥੇ ਮਕਾਨ ਦੇ ਵਿੱਚ ਰਹਿਣਾ ਵੀ ਜਿਹੜਾ ਦੁਬਰ ਹੋ ਗਿਆ ਸੀਗਾ ਹਰਪ੍ਰੀਤ ਔਰ ਉਸਦੇ ਫਾਜ਼ਲ ਸਾਹਿਬ ਉਸ ਦੀ ਮਾਤਰ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਾਂਗੇ ਹਰਪ੍ਰੀਤ ਪਹਿਲਾ ਪੰਜਾਬੀ ਲੋਕ ਚੈਨਲ ਤੇ ਤੁਹਾਡਾ ਸਵਾਗਤ ਹੈਗਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਤੁਸੀਂ ਸਾਡੀ ਆਵਾਜ਼ ਸੁਣਨ ਦੇ ਲਈ ਸਾਡੇ ਕੋਲ ਪਹੁੰਚੇ ਤੇ ਮੈਂ ਸਾਰੇ ਦਰਸ਼ਕਾਂ ਦਾ ਵੀ ਬਹੁਤ ਧੰਨਵਾਦ ਕਰਦੀ ਆ ਜਿਹੜੇ ਕਿ ਸਾਡੀ ਇਸ ਨਿਊਜ਼ ਨੂੰ ਦੇਖ ਰਹੇ ਨੇ ਤੇ ਹਰਪ੍ਰੀਤ ਮੈਂ ਇਹ ਪੁੱਛਣਾ ਚਾਹਾਂਗਾ ਸਭ ਤੋਂ ਪਹਿਲਾਂ ਤਾਂ ਇੱਕ ਤੁਹਾਡੇ ਵੱਲੋਂ ਇੱਕ ਵੀਡੀਓ ਬਣਾਈ ਗਈ ਸੀ ਜਿਹੜੀ ਉਹ ਵੀਡੀਓ ਵਾਇਰਲ ਕੀਤੀ ਗਈ ਹੈਗੀ ਆ ਉਹ ਤੁਹਾਡੇ ਘਰ ਦੀ ਹੀ ਹੈਗੀ ਆ ਹਾਂਜੀ ਉਹ ਵੀਡੀਓ ਸਾਡੇ ਘਰ ਦੀ ਆ ਮਤਲਬ ਅਸੀਂ ਚਾਹੁੰਦੇ ਤਾਂ ਨਹੀਂ ਸੀ ਪਰ ਜਦੋਂ ਜਮਾ ਨਸਰਿਆ ਫਿਰ ਅਸੀਂ ਉਹ ਵੀਡੀਓ ਬਣਾਉਣ ਲਈ ਮਜਬੂਰ ਹੋ ਗਏ ਜਦੋਂ ਕੱਲ ਬਹੁਤ ਬਾਰਿਸ਼ ਪੈ ਰਹੀ ਸੀ ਤਾਂ ਉਹ ਦੋਨਾਂ ਸਾਡੇ ਘਰ ਦੀਆਂ ਛੱਤਾਂ ਜਿਹੜੀਆਂ ਚੋੜ ਲੱਗ ਗਈਆਂ ਤੇ ਜਿਹੜੀਆਂ ਮੇਰੇ ਸਾਰੇ ਟਰੋਫੀ ਸੀ ਉਹ ਭਿੱਜ ਗਈਆਂ ਤੇ ਬਹੁਤ ਖਰਾਬ ਹੋ ਗਈਆਂ ਫਿਰ ਜਿਹੜਾ ਮਕ ਗਿਆ ਤੇ ਮਤਲਬ ਚਾਰ ਪੰਜ ਬਾਲਟੀਆਂ ਦਾ ਨਾਰਮਲ ਸੀ ਅੰਦਰ ਭਰ ਗਿਆ ਬੈਡਾਂ ਦੇ نیچے ਪਾਣੀ ਵੜ ਗਿਆ ਉਧਰੋਂ ਪਿੱਛੋਂ ਖਰਲ ਪੈਣ ਲੱਗੀ ਤੇ ਉੱਪਰੋਂ ਛੱਤ ਦੇ ਵਿੱਚੋਂ ਵੀ ਪਾਣੀ ਚੋਣ ਲੱਗ ਗਿਆ ਤਾਂ ਫਿਰ ਮੇਰੀਆਂ ਕਈ ਟਰਾਫੀਆਂ ਖਰਾਬ ਹੋ ਗਈਆਂ ਤਾਂ ਬਹੁਤ ਮਨ ਦੁਖੀ ਹੁੰਦਾ ਵੀ ਇੰਨੀ ਮਿਹਨਤ ਨਾਲ ਜਿੱਤੇ ਹੋਏ ਪ੍ਰਾਈਜ਼ ਜਦੋਂ ਖਰਾਬ ਹੋ ਜਾਂਦੇ ਨੇ ਤਾਂ ਫਿਰ ਉਹ ਸਿਰਫ ਇੱਕ ਪਲੇਅਰ ਨੂੰ ਹੀ ਪਲੇਅਰ ਹੀ ਜਾਣ ਸਕਦੇ ਤੇ ਹਰਪ੍ਰੀਤ ਜੇ ਆਪਾਂ ਗੱਲ ਕਰਨੀ ਹੈ ਤੁਸੀਂ ਕਿਹੜੇ ਸੰ ਦੇ ਵਿੱਚ ਜਿਹੜਾ ਹੈਗਾ ਸਪੋਰਟਸ ਨਾਲ ਪਿਆਰ ਕਰਨ ਲੱਗੇ ਔਰ ਕਦੋਂ ਤੁਸੀਂ ਇਹ ਸ਼ੁਰੂਆਤ ਕੀਤੀ ਮੈਂ ਜਦੋਂ 5ਵੀਂ ਜਮਾਤ ਵਿੱਚ ਹੁੰਦੀ ਸੀ ਉਦੋਂ ਮੇਰੇ ਡੈਡੀ ਜੀ ਮੈਨੂੰ ਨਾਲ ਲੈ ਕੇ ਜਾਂਦੇ ਸੀ ਮੈਂ ਉਦੋਂ ਤੋਂ ਹੀ ਇਹ ਨਾ ਗੇਮਸ ਨਾਲ ਜੁੜੀ ਹੋਈਆਂ ਤੇ ਮੈਨੂੰ ਅੱਜ 10 ਸਾਲ ਹੋ ਗਏ ਮੈਂ ਬੀਏ ਫਰਸਟイヤー ਦੀ ਸਟੂਡੈਂਟ ਹਾਂ ਪਬਲਿਕ ਕਾਲਜ ਸਮਾਣਾ ਦੇ ਵਿੱਚ ਪੜ ਰਹੀ ਹਾਂ ਤੇ ਉੱਥੇ ਵੀ ਮੈਂ ਕਾਫੀ ਹੱਦ ਤੱਕ ਬਹੁਤ ਵਧੀਆ ਲੈਵਲ ਮਤਲਬ ਪਾਰਟਿਸਪੇਟ ਕਰਦੀ ਹਾਂ ਹਰ ਇੱਕ ਪੱਖ ਦੇ ਵਿੱਚ ਤੇ ਮੈਂ ਹੁਣ ਨੈਸ਼ਨਲ ਵੀ ਖੇਡ ਕੇ ਆ ਚੁੱਕੀ ਹਾਂ ਹਿਮਾਚਲ ਪ੍ਰਦੇਸ਼ ਧਰਮਸ਼ਾਲਾ ਦੇ ਵਿੱਚ ਤੇ ਮੇਰਾ 400 ਮੀਟਰ ਇਵੈਂਟ ਦੇ ਵਿੱਚ ਬ੍ਰੌਂਜ਼ ਮੈਡਲ ਸੀ ਬਰਾਊਜ਼ ਮੈਡਲ ਜਿੱਤੇ ਹੋਰ ਵੀ ਤੁਸੀਂ ਜਿਹੜੇ ਦੇਖਿਆ तकरीबन ਕਿੰਨੇ ਜਿਹੜੇ ਇਨਾਮ ਤੁਹਾਨੂੰ ਮਿਲੇ ਹੋਣਗੇ ਇਸ ਹਫ਼ਤੇ ਇਹ ਜਦੋਂ ਮਤਲਬ ਕਿ ਜਿਵੇਂ ਮੈਂ ਪੰਜਵੀਂ ਤੋਂ ਲੱਗੀ ਸੀ ਪਹਿਲਾਂ ਮਤਲਬ ਸਕੂਲ ਟਾਈਮ ਤੋਂ ਲੈ ਕੇ 8 ਸਵੇਰੇ 8 ਵਜੇ ਤੋਂ ਲੈ ਕੇ ਮੈਂ ਘਰੋਂ ਚੱਲ ਪੈਂਦੀ ਸੀ ਮੰਮੀ ਤਿਆਰ ਕਰਕੇ ਭੇਜਦੇ ਸਕੂਲ ਜਾਂਦੇ ਤੇ ਉਸ ਤੋਂ ਬਾਅਦ ਮੈਂ ਸਿੱਧਾ ਘਰੇ ਨਹੀਂ ਸੀ ਆਉਂਦੀ ਉਸ ਤੋਂ ਬਾਅਦ ਡੈਡੀ ਮੈਨੂੰ ਸਿੱਧਾ ਉਧਰ ਟੂਰਨਾਮੈਂਟ ਤੇ ਲੈ ਜਾਂਦੇ ਸੀ ਤੇ ਫਿਰ ਮੈਂ ਸ਼ਾਮ ਨੂੰ 8 ਵਜੇ ਘਰੇ ਵੜਦੀ ਸੀ ਜਦੋਂ ਇਸ ਤਰ੍ਹਾਂ ਦੇ ਹਾਲਾਤ ਬਣ ਜਾਂਦੇ ਨੇ ਜਿੱਦਾਂ ਤੁਹਾਡੇ ਘਰ ਦੇ ਜਿਹੜੇ ਬਹੁਤ ਨਾਜ਼ੁਕ ਹਾਲਾਤ ਬਣੇ ਹੋਏ ਨੇ ਤਾਂ ਫਿਰ ਕੋਈ ਸਹਾਰਾ ਨਹੀਂ ਬੰ ਜਾਕੀ ਕੋਈ ਸਮਾਜਿਕ ਸੰਸਥਾ ਵੱਲੋਂ ਨਹੀਂ ਕੋਈ ਸਹਾਰਾ ਦਿੱਤਾ ਜਾਂਦਾ ਨਹੀਂ ਇਹ ਮਤਲਬ ਕਹਿੰਦੇ ਤਾਂ ਬਹੁਤ ਨੇ ਕਿ ਹਣਾ ਤੁਹਾਡੀ ਮਦਦ ਕਰਾਂਗੇ ਵਾਹ ਮਤਲਬ ਫੋਨ ਵੀ ਕਈ ਹੁੰਦੇ ਨੇ ਪਰ ਇਹ ਗੱਲਾਂ ਸਿਰਫ ਕਹਿੰਦੇ ਰਹਿ ਜਾਂਦੇ ਨੇ ਕੋਈ ਅਣੀ ਹੈਲਪ ਨਹੀਂ ਕਰਦਾ ਜੀ ਕਿਸੇ ਵੱਲੋਂ ਹੈਲਪ ਨਹੀਂ ਕੀਤੀ ਕਿ ਹੁਣ ਤੱਕ ਨਹੀਂ ਬਾਕੀ ਜਿਹੜੇ ਅਸੀਂ ਪਿੰਡੂ ਟੂਰਨਾਮੈਂਟਾਂ ਤੇ ਜਾਂਦੇ ਆ ਉਹ ਜਿਹੜੇ 150 200 ਜਿੰਨਾ ਹੀ ਬਣਦਾ ਕਲੱਬ ਵਾਲੇ ਵੀ ਸਾਰੇ ਬਹੁਤ ਮਦਦ ਕਰਦੇ ਨੇ ਉਦੋਂ ਬਹੁਤ ਖੁਸ਼ੀ ਹੁੰਦੀ ਆ ਪਰ ਜਦੋਂ ਅਸੀਂ ਆਪਣੇ ਘਰ ਦੇ ਹਾਲਾਤ ਦੇਖਦੇ ਆ ਕਿ ਹਨਾ ਵੀ ਇੰਨੀ ਮਿਹਨਤ ਦੇ ਬਾਅਦ ਵੀ ਵੀ ਬੇਸੀ ਇਹਨਾਂ ਹਾਲਾਤਾਂ ਵਿੱਚ ਜੂਝ ਰਿਆਂ ਤਾਂ ਬਹੁਤ ਪ੍ਰੋਬਲਮ ਪਿੰਡਾਂ ਦੇ ਵਿੱਚ ਜਦੋਂ ਤੁਸੀਂ ਟੂਰਨਾਮੈਂਟਾਂ ਤੇ ਜਾਂਦੇ ਹੋ ਕਿੰਨੇ ਕੁ ਟੂਰਨਾਮੈਂਟ ਤੁਸੀਂ ਅੱਜ ਤੱਕ ਜੇ ਆਪਾਂ ਆਈਡੀਆ ਜਾਂ ਗਿਣਤੀ ਜੀ ਮੋਟਾ-ਮੋਟਾ ਗਿਣ ਲਈਏ ਵੀ ਕਿੰਨੇ ਕੁ ਟੂਰਨਾਮੈਂਟ ਤੁਸੀਂ ਅੱਜ ਖੇਡ ਚੁੱਕੇ ਹੋ ਔਰ ਕਿੰਨਾ ਕੁ ਜਿੰਨੇ ਵੀ ਮਤਲਬ 5000 ਤੋਂ ਵੱਧ ਮਤਲਬ ਜਦੋਂ ਦੀ ਮੈਂ ਲੱਗ ਰਹੀ ਐ ਮੈਂ ਇੱਕ ਵੀ ਟੂਰਨਾਮੈਂਟ ਮਿਸ ਨਹੀਂ ਕਰਿਆ ਸਾਰੇ ਜਿਹੜੇ ਆਪਣੇ ਪੰਜਾਬ ਚ ਲਾ ਲਓ ਹਰਿਆਣਾ ਚ ਲਾ ਲਓ ਮਾਨਸਾ ਜ਼ਿਲ੍ਹੇ ਚ ਲਾ ਲਓ ਸੰਗਰੂਰ ਜ਼ਿਲ੍ਹੇ ਚ ਲਾ ਲਓ ਪਟਿਆਲੇ ਜ਼ਿਲ੍ਹੇ ਚ ਇਧਰ ਬਰਨਾਲਾ ਮਾਨਸਾ ਜ਼ਿਲ੍ਹਾ ਸਾਰੇ ਹੋਗੇ ਇਧਰ ਸਰਸਾ ਜ਼ਿਲ੍ਹਾ ਸਾਰੇ ਇਧਰ ਹੀ ਜਾਣੇਗੀ ਖੇਲ ਤੁਸੀਂ ਰਨਿੰਗ ਹੀ ਕਰਦੀ ਸੀ ਹਾਂਜੀ ਮੈਂ ਰਨਿੰਗ ਕਰਦੀ ਆ ਤੇ ਕਿਸਾਨੀ ਸੰਘਰਸ਼ ਦੇ ਬਾਰੇ ਵੀ ਸੁਣਾਉਣੀ ਆ ਜਿਵੇਂ ਕਿ ਹੁਣ ਆਪਣੇ ਆਰਡੀਨੈਂਸ ਪਾਸ ਕਰੇ ਸਰਕਾਰ ਨੇ ਉਹਨਾਂ ਦੇ ਖਿਲਾਫ ਮੈਂ ਮਤਲਬ ਧਰਨੇ ਤੇ ਵੀ ਜਾਣੇ ਇਹ ਡੜਬੇ ਧਰਨਾ ਹੁੰਦਾ ਜੋ ਦੋਥੇ ਵੀ ਜਾਣੇ ਤੇ ਮਤਲਬ ਆਪਣਾ ਪੂਰਾ ਜ਼ੋਰ ਲਗਾਉਣਾ ਹੀ ਪਤਾ ਲੱਗਿਆ ਕਿ ਕਿਸਾਨ ਸੰਘਰਸ਼ ਦੇ ਵਿੱਚ ਤੁਸੀਂ ਦਿੱਲੀ ਵਗੈਰਾ ਵੀ ਧਰਨੇ ਦੇ ਵਿੱਚ ਵੀ ਜਿਹੜਾ ਹੈਗਾ ਆਪਣਾ ਜਿਹੜਾ ਹੈਗਾ ਯੋਗਦਾਨ ਦਿੰਦਾ ਹਾਂਜੀ ਬਹੁਤ ਯੋਗਦਾਨ ਦਿੰਦਾ ਹੈ ਤੇ ਮਤਲਬ ਲੋਕਾਂ ਨੂੰ ਨੌਜਵਾਨਾਂ ਨੂੰ ਲੋਕ ਸੰਘਰਸ਼ ਵਿੱਚ ਆਉਣ ਦਾ ਹੌਕਾ ਦੇਣ ਵਾਲਾ ਮੈਂ ਇੱਕ ਗੀਤ ਸੁਣਾਉਣੀ ਹੁੰਦੀ ਆ ਜਿਹੜਾ ਕਿ ਮੇਰੇ ਭਰਾ ਕਮਲਦੀਪ ਜਰੂਰ ਨੇ ਤੇ ਕੋਈ ਫਿਰ ਸਰਕਾਰਾਂ ਤੇ ਜੇ ਆਪਾਂ ਗੱਲ ਕਰਨੀ ਸਰਕਾਰਾਂ ਤਾਂ ਚਲੋ ਆਪਾਂ ਨੂੰ ਪਤਾ ਹੀ ਹੈ ਕਿ ਨਹੀਂ ਸਾਥ ਦਿੰਦੀਆਂ ਹੁੰਦੀਆਂ ਪਰ ਲੇਕਿਨ ਜਦੋਂ ਤੁਸੀਂ ਕਿਸਾਨ ਸੰਘਰਸ਼ ਦਾ ਵੀ ਸਾਥ ਦਿੱਤਾ ਕਿ ਕਿਸੇ ਕਿਸਾਨ ਨੇ ਜਾਂ ਕਿਸੇ ਜਥੇਬੰਦੀ ਨੇ ਤੁਹਾਡਾ ਆ ਕੇ ਨਹੀਂ ਪੁੱਛਿਆ ਹੈਗਾ ਫਿਰ ਹਾਲ ਨਹੀਂ ਮਤਲਬ ਹਲੇ ਤੱਕ ਤਾਂ ਕੁਝ ਨਹੀਂ ਪੁੱਛਿਆ ਹੀ ਮਤਲਬ ਬਸ ਟੂਰਨਾਮੈਂਟ ਦੇ ਜਾਣੇ ਹੀ ਉਦੋਂ ਥੋੜੀ ਬਹੁਤ سپورਟ ਮਿਲ ਜਾਂਦੀ ਹੈ ਪਰ ਇੱਥੇ ਆ ਕੇ ਕੋਈ ਕਿਸੇ ਨੇ ਨਹੀਂ ਪੁੱਛਿਆ ਹੀ ਤੇ ਫਿਰ ਹੁਣ ਕੀ ਬਨਣਾ ਚਾਹੁੰਦੇ ਤੁਸੀਂ ਮੇਰਾ ਇਹ ਮੈਂ ਕਿ ਮੈਂ ਆਈਪੀਐਸ ਬਨਣਾ ਚਾਹੁੰਦੀ ਹਾਂ ਤੇ ਆਪਣੇ ਮਾਪੇ ਦਾ ਨਾਮ ਰੌਸ਼ਨ ਕਰਨਾ ਚਾਹੁੰਦੀ ਹਾਂ ਆਪਣੇ ਪਿੰਡ ਦਾ ਨਾਮ ਰੌਸ਼ਨ ਕਰਨਾ ਚਾਹੁੰਦੀ ਹਾਂ ਰੋਸਾ ਕਿਸੇ ਦੇ ਉੱਪਰ ਹੈਗਾ ਤੁਹਾਨੂੰ ਨੇ ਬਸ ਇਹ ਮਤਲਬ ਸਰਕਾਰ ਤੇ ਥੋੜਾ ਬਹੁਤ ਉਹਨਾਂ ਨੂੰ ਸੋਚਣਾ ਚਾਹੀਦਾ ਹੈ ਕਿ ਹਨਾ ਮੈਂ ਹੀ ਨਹੀਂ ਮਤਲਬ ਆਉਣ ਵਾਲੇ ਕਿੰਨੀਆਂ ਕੁੜੀਆਂ ਹੋਣਗੀਆਂ ਕਿੰਨੇ ਮੁੰਡੇ ਹੋਣਗੇ ਉਹਨਾਂ ਨੂੰ ਵੀ ਤਾਂ ਦੇਖ ਕੇ ਮਤਲਬ ਸਾਡੇ ਪਿੰਡ ਤੇ ਬਹੁਤ ਬੱਚੇ ਨੇ ਛੋਟੇ-ਛੋਟੇ ਨੇ ਜਿਹੜੇ ਉਹ ਮੈਨੂੰ ਬਹੁਤ ਮੇਰੀ ਪ੍ਰੈਸ ਕਰਦੇ ਨੇ ਮਤਲਬ ਕਹਿੰਦੇ ਨੇ ਦੀਦੀ ਅਸੀਂ ਤੁਹਾਡੇ ਵਰਗਾ ਬਣਨੇ ਹਾਂਜੀ ਤੇ ਉਹ ਕਹਿੰਦੇ ਨੇ ਮਤਲਬ ਉਹਨਾਂ ਲਈ ਤਾਂ ਉਹ ਸਮੇਂ ਦੀ ਮਤਲਬ ਉਹਨਾਂ ਦਾ ਵਾਲੇ ਟਾਈਮ ਆਊਗਾ ਨਾ ਉਹਨਾਂ ਲਈ ਤਾਂ ਮਤਲਬ ਇਹ ਹਾਲ ਨਹੀਂ ਉਹਨਾਂ ਦਾ ਨਹੀਂ ਹੋਣਾ ਚਾਹੀਦਾ ਮੈਂ ਇਹ ਚਾਹੁੰਦੀ ਆ ਜੀ ਜਿਸ ਤਰ੍ਹਾਂ ਤੁਸੀਂ ਸਪੋਰਟਸ ਨੂੰ ਪਿਆਰ ਕਰਦੇ ਹੈਗੇ ਉਹ ਤਾਂ ਘਰ ਦੇ ਵਿੱਚ ਜਿਵੇਂ ਹਾਲਾਤ ਨੇ ਆਪਾਂ ਦੇਖਿਆ ਕਿ ਜਿਹੜੀ ਆਰਥਿਕ ਸਥਿਤੀ ਹੈ ਕਾਫੀ ਕਮਜ਼ੋਰ ਹੈ ਉਸ ਨੂੰ ਦੇਖਦੇ ਹੋਏ ਕਿ ਲੱਗਦਾ ਤੁਹਾਨੂੰ ਕਿ ਤੁਸੀਂ ਆਪਣੇ ਮਕਾਮ ਤੱਕ ਪਹੁੰਚ ਜਾਓਗੇ ਵੈਸੇ ਜਿੱਥੇ ਮਿਹਨਤ ਹੈ ਜਿੱਥੇ ਸਭ ਕੁਝ ਹੋ ਸਕਦਾ ਪਰ ਕੱਲੀ ਮਿਹਨਤ ਵੀ ਕੀ ਕਰੂ ਪਰ ਥੋੜੀ ਬਹੁਤੀ ਸਪੋਰਟ ਵੀ ਹੋਣੀ ਚਾਹੀਦੀ ਆ ਪਰ ਮੇਰੇ ਘਰ ਦੇ ਵੱਲੋਂ ਕੋਈ ਕਮਿਊਨਿਟੀ ਮੈਨੂੰ ਫੁੱਲ ਸਪੋਰਟ ਕਰਦੇ ਨਹੀਂ ਤੇ ਸਾਡੀ ਗਵਾਂਡੀ ਪਾਈ ਵੀ ਸਾਰੇ ਸਪੋਰਟ ਕਰਦੇ ਨਹੀਂ ਮੈਨੂੰ ਤੇ ਬਸ ਮਨੀ ਪ੍ਰੋਬਲਮ ਕਰਕੇ ਜਦੋਂ ਕਿ ਹੁਣ ਮੈਂ ਨੈਸ਼ਨਲ ਖੇਡ ਗਈ ਹਾਂ ਉਸ ਤੋਂ ਬਾਅਦ ਵੀ ਮੈਨੂੰ ਮੌਕਾ ਮਿਲਿਆ ਸੀ ਕਿ ਅੱਗੇ ਗੇਮਸ 'ਚ ਜਾਣਾ ਪਰ ਮਨੀ ਪ੍ਰੋਬਲਮ ਕਰਕੇ ਮੇਰੇ ਤੋਂ ਨਹੀਂ ਤੇ ਹੁਣ ਸਰਕਾਰ ਨੂੰ ਕੁਝ ਕਹਿਣਾ ਚਾਹੁੰਦੇ ਹੋ ਸਰਕਾਰ ਨੂੰ ਬਾਹ ਫੜਨੀ ਚਾਹੀਦੀ ਹੈ ਕਿਉਂਕਿ ਸਪੋਰਟਸ ਦੇ ਲਈ ਸਰਕਾਰ ਬਹੁਤ ਕਹਿੰਦੀ ਹੈ ਕਿ ਅਸੀਂ ਉਪਰਾਲੇ ਕਰਦੇ ਹੈਗੇ ਆ ਜੇ ਕਰਦੇ ਬੋਕ ਕਰਦੇ ਆ ਤੇ ਡਾਈਟ ਲਈ ਤੁਹਾਡੇ ਲਈ ਕਿਸੇ ਤਰ੍ਹਾਂ ਦਾ ਕੋਈ ਉਪਰਾਲਾ ਨਹੀਂ ਕੀਤਾ ਤਾਂ ਨਹੀਂ ਅਜੇ ਤੱਕ ਅਮ ਜੀ ਮੈਨੂੰ 10 ਸਾਲ ਹੋ ਗਏ ਜਾਂਦੇ ਨੂੰ ਡਾਈਟ ਦਾ ਕੋਈ ਪ੍ਰਬੰਧ ਨਹੀਂ ਕੋਈ ਮਤਲਬ ਕੋਈ ਪੰਚਾਇਤ ਮੈਂਬਰ ਜਾਂ ਫਿਰ ਕੋਈ ਹੋਰ ਕੋਈ ਨਹੀਂ ਆਇਆ ਇਹ ਸਰਕਾਰ ਦੇ ਸਟੱਡੀ ਵਾਸਤੇ ਵੀ ਨਹੀਂ ਅਜੇ ਤੱਕ ਕਦੇ ਕੋਈ ਨੂੰ ਰੀਲੀਫ ਦਿੱਤਾ ਤੁਹਾਨੂੰ ਕਿ ਸਟੱਡੀ ਵਾਸਤੇ ਰੀਲੀਫ ਦੇ ਦੀ ਥੋੜਾ ਬਹੁਤ ਨਹੀਂ ਕੋਈ ਨਹੀਂ ਆਇਆ ਮੇਰੇ ਕੋਲ ਸੋ ਹਰਪ੍ਰੀਤ ਦੇ ਪਿਤਾ ਜੀ ਨੇ ਨਾਰ ਸਿੰਘ ਸਾਡੇ ਨਾਲ ਗੱਲਬ ਬੇਟੀ ਤੁਹਾਡੀ ਬੜੀ ਹੋਣਹਾਰ ਹੈਗੀ ਆ ਕਿਸ ਤਰ੍ਹਾਂ ਦਿਲ ਦੇ ਵਿੱਚ ਕਿਸ ਤਾਂ ਉੜਦਾ ਕਿ ਬੱਚੀ ਹੈਗੀ ਐ ਸਪੋਰਟਸ ਖੇਡਦੀ ਆ ਪਿੰਡਾਂ ਦੇ ਵਿੱਚ ਟੂਰਨਾਮੈਂਟ ਤੇ ਵੀ ਜਾਂਦੀ ਆ ਕਿ ਪੂਰੀ ਸਪੋਰਟ ਹੈ ਤੁਹਾਡੀ ਸਰ ਜੀ ਮੇਰੇ ਵੱਲੋਂ ਪਹਿਲਾਂ ਪੰਜਾਬੀ ਚੈਨਲ ਨੂੰ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਤੇ ਇਹ ਅਸੀਂ ਬੇਟੀ ਨਹੀਂ ਸਾਡੀ ਇਹ ਬੇਟੀ ਨਹੀਂ ਹੈਗੀ ਇਹ ਮੁੰਡਿਆਂ ਤੋਂ ਵੱਧ ਕੇ ਆਈ ਬੇਟੀ ਸਾਡੀ ਮੈਂ ਹੋਰ ਬੱਚੀਆਂ ਨੂੰ ਬਹੁਤ ਪਿਆਰ ਕਰਦਾ ਜੀ ਪਿੰਡ ਦੀਆਂ ਬੱਚੀਆਂ ਘੱਟੋ ਘੱਟ 15 20 ਬੱਚੀਆਂ ਨੇ ਜੀ ਇਹ ਇਹਨਾਂ ਨੂੰ ਮੈਂ ਸਵੇਰੇ ਸਵੇਰੇ 5 ਵਜੇ ਉੱਠ ਕੇ ਹੀ ਉਹ ਮੇਰੇ ਕੋਲੇ ਆ ਜਾਂਦੇ ਨੇ ਬੱਚੇ ਇਹਦੇ ਨਾਲ ਹੁੰਦੀ ਹੈ ਜੀ ਮੇਰੀ ਬੇਟੀ ਵੀ ਉਹਨਾਂ ਨੂੰ ਪਕਾਈ ਦਾ ਪ੍ਰੈਕਟਿਸ ਕਰਵਾ ਕੇ ਲਿਆਉਂਦਾ ਹਾਂ ਨਹੀਂ ਘੰਟਾ ਘੰਟਾ ਜੀ ਮੈਂ ਇਹ ਰਨਿੰਗ ਦਿਓ ਹਾਂ ਜੀ ਦਿਨ ਵਿੱਚ ਮੈਂ ਦਿਹਾੜੀ ਕਰਕੇ ਆਉਣਾ ਜੀ ਤੇ ਸ਼ਾਮ ਨੂੰ ਮੈਂ ਫੇਰ ਉਹਨਾਂ ਨੂੰ ਪ੍ਰੈਕਟਿਸ ਕੰਮ ਤੁਸੀਂ ਮਜ਼ਦੂਰੀ ਕਰਦੇ ਹੋ ਮਜ਼ਦੂਰੀ ਕਰਦਾ ਸਰ ਜੀ ਮੈਂ ਤੂੜੀ ਤੇ ਪੰਡਾ ਚੱਕ ਕੇ ਟਰਾਲੀਆਂ ਭਰਦਾ ਹਾਂ ਜੀ ਜੀ ਤੇ ਫਿਰ ਜਿਹੜੀ ਸਪੋਰਟਸ ਦੀ ਤੁਸੀਂ ਇਹ ਤਿਆਰੀ ਬੱਚਿਆਂ ਦੀ ਕਰਵਾਉਂਦੇ ਬਿਲਕੁਲ ਫ੍ਰੀ ਕਰਵਾਉਂਦੇ ਹੋ ਹਾਂ ਜੀ ਫ੍ਰੀ ਕਰਵਾਉਂਦੇ ਜੀ ਸੀ ਬਿਲਕੁਲ ਜੀ ਅੱਜ ਕੱਲ ਤਾਂ ਵੈਸੀ ਬੰਦੇ ਕੋਲ ਸਮਾਂ ਨਹੀਂ ਹੈਗਾ ਜਿਹੜੇ ਬਹੁਤ ਵੱਡੇ ਵੱਡੇ ਬਿਜ਼ਨਸ ਕਰਦੇ ਨੇ ਉਹ ਕਹਿੰਦੇ ਸਾਡੇ ਕੋਲ ਸਮਾਂ ਨਹੀਂ ਹੈਗਾ ਤੁਸੀਂ ਕਿ ਦਿਹਾੜੀ ਕਰਕੇ ਵੀ ਐਨਾ ਵੱਡਾ ਜਿਹੜਾ ਜਿਗਰਾ ਰੱਖਦੇ ਹੋ ਬੱਚੇ ਨੂੰ ਟ੍ਰੇਨਿੰਗ ਦੇ ਸਾਡੇ ਚ ਪਰਮਾਤਮਾ ਨੇ ਹਿੰਮਤ ਬਖਸ਼ੀ ਬਲ ਬਖਸ਼ੀ ਸਾਡੇ ਚ ਸਾਡੇ ਚ ਹਿੰਮਤ ਕਰਕੇ ਅਸੀਂ 4 ਵਜੇ ਉੱਠਦੇ ਹਾਂ 3 3 ਵਜੇ ਉੱਠਦਾ ਹਾਂ ਮੈਂ 3 ਵਜੇ ਉੱਠ ਕੇ ਹੀ ਮੈਂ ਆਪਣੀ ਤਿਆਰੀ ਕਰਦਾ ਤੁਹਾਡੀ ਲਗਨ ਹੈ ਸਪੋਰਟਸ ਨਾਲ ਤੁਹਾਡੀ ਵੀ ਲਗਨ ਹੈ ਹਾਂ ਜੀ ਮੈਂ ਪਹਿਲਾਂ ਪੰਜਾਬ ਦੇ ਵਿੱਚ ਸਿਲੈਕਟ ਹੋਇਆ ਸੀ ਪੰਜਾਬ ਨੈਸ਼ਨਲ ਤੇ ਖਰਸਤੋ ਜਾਣਗੇ ਮੈਂ ਜ਼ਿਲ੍ਹਾ ਪੱਧਰ ਸਿਲੈਕਟਾਂ ਜੀ ਕਬੱਡੀ ਦੇ ਵਿੱਚ ਜੀ ਤੇ ਸਰਕਾਰ ਵੱਲੋਂ ਜਾਂ ਕਿਸੇ ਮੰਤਰੀ ਵੱਲੋਂ ਨਹੀਂ ਕਿਸੇ ਦੇ ਅੱਜ ਤੱਕ ਹੈਲਪ ਕੀਤੀ ਗਈ ਕਿ ਹਰਪ੍ਰੀਤ ਦੀ ਜਿਹੜੀ ਹੈਗੀ ਹੈ ਪੜ੍ਹਾਈ ਲਿਖਾਈ ਜਿਹੜੀ ਉਹ ਫ੍ਰੀ ਕਰਦੀ ਆਪਾਂ ਨਹੀਂ ਸਰ ਜੀ ਕਹਿ ਬਥੇਰੇ ਦਿੰਦੇ ਨੇ ਜੀ ਅਸੀਂ ਹੈਲਪ ਕਰਾਂਗੇ ਮਦਦ ਕਰਾਂਗੇ ਬੇਟੇ ਤੇਰੀ ਪਰ ਕਰੀ ਨਹੀਂ ਸਰ ਜੀ ਕਿਸੇ ਨੇ ਮਦਦ ਸਡੀ ਜੇ ਪੱਕੇ ਕਰਦੇ ਹਾਲਾਤਾਂ ਦੀ ਗੱਲ ਕਰ ਲਈ ਕਹੇਉਜੇ ਨਹੀਂ ਹਾਲਾਤ ਤੁਹਾਡੇ ਹਾਲਾਤ ਹੀ ਬਸ ਮੈਂ ਮਜ਼ਦੂਰੀ ਕਰਦਾ ਹਾਂ ਇਹ ਬਾਕੀ ਬੇਟੀ ਜਾਂਦੀ ਐ ਸਾਨੂੰ ਜੇ 5 700 ਰੁਪਏ ਸਾਨੂੰ 1000 1500 ਆ ਜਿਹੜੇ ਨੌਜਵਾਨ ਵੀਰ ਨੇ ਸਾਡੇ ਕਲਬਾਂ ਵਾਲੇ ਭਰਾ ਸਾਡੇ ਜੀ ਹਾਂ 1000 1500 ਤੱਕ ਅਸੀਂ ਲੈ ਕੇ ਆ ਜਾਈਏ ਚਲੋ ਸਾਡਾ ਉਹਦੇ ਨਾਲ ਗੁਜ਼ਾਰਾ ਚੱਲੇ ਜਾਂਦੀ ਕੁਸ ਮੈਂਦੇ ਹੜੀ ਤੇ ਜਾਣਾ ਜਿਵੇਂ ਆਪਾਂ ਮਕਾਨ ਦੀ ਕੰਡੀਸ਼ਨ ਦੇਖ ਲਈਏ ਤੁਹਾਡੀ ਬਹੁਤ ਖਸਤਾ ਬਣੀ ਹੋਈ ਹੈ ਛੱਤਾਂ ਜਿਹੜੀਆਂ ਹੈਗੀਆਂ ਬਾਰਿਸ਼ ਕਰਕੇ ਚੂਨ ਲੱਗ ਰਹੇ ਨੇ ਫਿਰ ਇਹੇ ਜਿਹੇ ਹਾਲਾਤਾਂ ਦੇ ਵਿੱਚ ਕਿਵੇਂ ਮੇਨਟੇਨ ਕਰਦੇ ਹਾਂ ਸਾਰਾ ਕੁਝ ਮੈਂ ਜੀ ਇਹ ਹੀ ਕਹਿਣਾ ਚਾਹੁੰਦਾ ਜੀ ਮੈਂ ਸਰਕਾਰ ਨੂੰ ਵੀ ਸਾਡੀ ਮਦਦ ਕਰਨ ਜੀ ਇਹ ਬੱਚਿਆਂ ਦੀ ਸਪੋਰਟ ਕਰਨ ਜੀ ਹੋਰ ਵੀ ਈਆਂ ਨੇ ਜੀ ਪੜ੍ਹਨ ਦਾ ਸਮਾਂ ਹੋ ਗਿਆ ਇਸ ਮਕਾਨ ਨੂੰ ਬਣੇ ਨੂੰ ਇਹ ਇਹ 1988 ਦੇ ਵਿੱਚ ਬਣਿਆ ਹੋਇਆ ਸਾਡੇ ਪਿਤਾ ਜੀ ਨੇ ਬੈਂਕਰ ਦੇ ਵਿੱਚ ਲੱਗੇ ਹੋਏ ਸੀਗੇ ਜੀ ਉਹਨਾਂ ਨੇ ਬਣਾ ਕੇ ਦਿੱਤੀ ਹੁਣ ਤਾਂ ਜਿਹੜਾ ਸੀ ਪੈਸਾ ਕਮਾਉਣਾ ਹੀ ਬਸ ਇਹਨਾਂ ਦੀ ਰੋਟੀ ਰੋਜੀ ਰੋਟੀ ਚੱਲਦੀ ਹੈ ਜੀ ਮਕਾਨ ਬਣਾਉਣ ਦੀ ਸਾਡੇ ਚ ਹਿੰਮਤ ਹੈ ਨਹੀਂ ਕਦੇ ਕਿਸੇ ਨੂੰ ਮਿਲੇ ਨਹੀਂ ਹੈ ਕਿ ਤੁਸੀਂ ਕਦੇ ਕਿਸੇ ਕੋਲ ਡੀਸੀ ਸਾਹਿਬ ਲਵੇ ਜਾਂ ਸੰਗਰੂਰ ਦੇ ਲਵੇ ਕਦੇ ਕੋਈ ਲੈ ਕੇ ਨਹੀਂ ਗਈ ਲਿਖਤੀ ਪੱਤਰ ਕਿ ਸਾਡੀ ਬੱਚੀ ਸਪੋਰਟਸ ਦੇ ਵਿੱਚ ਬਹੁਤ ਅੱਗੇ ਵਧਣਾ ਚਾਹੁੰਦੀ ਹੈ ਪਰ ਲੇਕਿਨ ਇਸ ਨੂੰ ਸਹਾਰੇ ਦੀ ਜ਼ਰੂਰਤ ਹੈ ਨਾ ਸਰ ਜੀ ਅਸੀਂ ਝੂਠ ਨਹੀਂ ਬੋਲਾਂਗੇ ਜੰਮੀ ਬਿਲਕੁਲ ਝੂਠ ਨਹੀਂ ਬੋਲਾਂਗੇ ਜੀ ਅਸੀਂ ਕਿਸੇ ਕੋਲ ਗਏ ਨਹੀਂ ਹੈਗੇ ਅਜੇ ਤੱਕ ਨਾ ਹੀ ਕਿਸੇ ਨੇ ਉਹਨਾਂ ਨੇ ਕੋਈ ਅਪਰੋਚ ਨਾ ਜੀ ਉਹਨਾਂ ਨੇ ਵੀ ਨਹੀਂ ਕਰੀ ਹੁਣ ਕੀ ਕਹਿਣਾ ਚਾਹਦੇ ਹੋ ਅਸੀਂ ਸਰਕਾਰ ਤੋਂ ਇਹੀ ਮੰਗ ਕਰਦੇ ਆਂ ਜੀ ਵੀ ਬੱਚਿਆਂ ਨੂੰ ਸਪੋਰਟ ਦੇਣ ਜੀ ਹੋਰ ਵੀ ਪਿੰਡ ਦੇ ਧੀਆਂ ਨੂੰ ਵੀ ਸਪੋਰਟ ਦੇਣ ਜਾਂ ਸਪੋਰਟ ਸਬਾਰੇ ਇਹਨਾਂ ਨੂੰ ਕੁਝ ਭੇਜਣੀ ਜਾਂ ਵਸਾ ਮਕਾਨ ਹੈ ਸਾਡਾ ਗਰੀਬ ਬੰਦਿਆਂ ਦਾ ਇਹ ਜਿਹੜੀ ਵੀਡੀਓ ਬਣਾਈ ਸੀਗੀ ਪਾਣੀ ਭਰ ਗਿਆ ਸੀ ਮਕਾਨ ਦੇ ਵਿੱਚ ਇਹ ਤੁ ਤੁਹਾਡੇ ਘਰ ਦੀ ਹੋਈ ਸੀਗੀ ਹਾਂਜੀ ਸਰ ਜੀ ਅਸੀਂ ਨੇ ਬਣਾਈ ਸੀਗੀ ਹੂੰ ਅਸੀਂ ਨੇ ਆਪ ਬਣਾਈ ਸੀ ਇਹ ਜਦੋਂ ਕੱਲ ਬਾਰਿਸ਼ ਆਈ ਆ ਉਦੋਂ ਦੀ ਵੀਡੀਓ ਹੈ ਹਾਂਜੀ ਉਦੋਂ ਬਣਾਈ ਸੀ ਜੀ ਕਿੰਨੀ ਬਰਸਾਤ ਦੇ ਨਾਲ ਜਿਹੜਾ ਇਹ ਮਕਾਨ ਦੇ ਤੁਹਾਡੇ ਛੱਤਾਂ ਚੋਂ ਲੱਗ ਜਾਂਦੇ ਨੇ ਇਹ ਤਾਂ ਹੀ ਜੇਕਰ ਉਹ ਸਾਡੇ ਪਿੰਡ ਕਮਾਲਪੁਰ ਪੰਨਾਈ ਕਿਲੋਮੀਟਰ ਜੇ ਬਾਰਸ਼ ਉੱਥੇ ਹੋਊਗੀ ਜੀ ਮੀਂਹ ਸਾਡੇ ਘਰ ਚੋਂ ਪੈਣਾ ਲੱਗ ਜਾਂਦਾ ਨੇ ਹੂੰ ਸੋ ਇਹਨਾਂ ਦੇ ਮਾਤਾ ਜੀ ਨੇ ਮਾਤਾ ਜੀ ਕੀ ਨਾਮ ਤੁਹਾਡਾ ਜਸਵਿੰਦਰ ਕੌਰ ਹਾਂ ਜਸਵਿੰਦਰ ਜੀ ਤੁਹਾਡੀ ਬੱਚੀ ਜਿਹੜੀ ਸਪੋਰਟਸ ਨੂੰ ਪਿਆਰ ਕਰਦੀ ਹੈ ਤੁਸੀਂ ਪੂਰੀ ਸਪੋਰਟ ਕਰਦੇ ਹੋ ਇਹਨਾਂ ਨੂੰ ਹਾਂ ਜੀ ਪੂਰੀ ਕਰਦੇ ਹਾਂ ਸਪੋਰਟ ਫਿਰ ਇਹਨਾਂ ਦੇ ਜਿਹੜੇ ਸੁਪਨੇ ਨੇ ਇਹ ਲੜਕੀ ਕਹਿੰਦੀ ਹੈ ਕਿ ਮੈਂ ਆਈਪੀਐਸ ਅਫਸਰ ਬਣਨਾ ਚਾਹੁੰਦੀ ਹਾਂ ਤੁਸੀਂ ਪੂਰੀ ਇਹਨਾਂ ਨੂੰ ਦਿੰਦੇ ਹੋ ਵੀ ਹਾਂ ਬੱਚੇ ਤੂੰ ਬਣ ਹਿੰਮਤ ਦਿੰਦੇ ਹੋ ਸੀ ਹਾਂ ਜੀ ਦਿੰਦੇ ਹਾਂ ਮੈਂ ਮਿਹਨਤ ਉਰੀ ਕਰਦੇ ਹਾਂ ਜੀ ਅਸੀਂ ਇਹਨਾਂ ਨੂੰ ਬੱਚੇ ਨੂੰ ਪੜ੍ਹਾਉਂਦੇ ਹਾਂ ਇਹਨਾਂ ਨੂੰ ਹਿੰਮਤ ਤੇ ਦਿੰਦੇ ਹਾਂ ਮੇ ਬੇਟੀ ਕੋਈ ਗੱਲ ਨਹੀਂ ਜਿੰਨੇ ਜੋਗਰੇ ਸੀ ਤੁਹਾਡੇ ਨਾਲ ਹਾਂ ਹਾਂ ਤੋ ਬਹੁਤ ਵਧੀਆ ਗੱਲ ਹੈਗੀ ਹੈ ਤੁਹਾਡਾ ਪਰਿਵਾਰ ਜਿਹੜਾ ਹੈਗਾ ਬੱਚੀ ਨੂੰ ਹੌਸਲਾ ਦਿੰਦਾ ਹੈ ਔਰ ਸਰਕਾਰਾਂ ਦੇ ਜਿਹੜੇ ਵਾਦੇ ਦਾਅਵੇ ਕਰਦੀ ਨੇ ਸਰਕਾਰਾਂ ਉਹਨੂੰ ਕਿਵੇਂ ਦੇਖਦੇ ਹੋ ਉਹ ਤਾਂ ਜੇ ਹੁਣ ਦੇਖ ਰਿਆਂ ਸਰਕਾਰਾਂ ਕਹਿੰਦੀਆਂ ਨੇ ਬੇਟੀ ਬਚਾਓ ਬੇਟੀ ਪੜਾਓ ਹੁਣ ਬੇਟੀ ਬਚਾ ਲਈ ਬੇਟੀ ਪੜਾ ਲਈ ਜੀ ਤੇ ਹੁਣ ਅੱਗੇ ਸਰਕਾਰਾਂ ਦੇਖਣੇ ਨੇ ਬੇਟੀਆਂ ਤਾਂ ਬਹੁਤ ਨੇ ਜੀ ਹੁਣ ਆਪਣੇ ਪੈਰਾਂ ਵਿੱਚ ਹਾਂਜੀ ਸਰਕਾਰ ਦਾ ਖਰਚ ਵੜਦਾ ਜੀ ਹਾਂ ਜੀ ਇਹ ਚੌਹਨਾ ਜੀ ਇਹ ਸਾਡੇ ਬਸਾ ਮਕਾਨ ਦੀ ਹੈ ਜੀ ਮੇਰੀ ਬੇਟੀ ਦੇ ਸੁਪਨੇ ਨਾ ਰਹਿ ਜਾਣਾ ਕਿਤੇ ਇਸ ਮਕਾਨ ਥੱਲੇ ਆ ਕੇ ਡਗ ਜਾਈ ਕੋਈ ਹਾਦਸਾ ਵੀ ਹੋ ਸਕਦਾ ਹੋ ਸਕਦਾ ਜੀ ਹਾਂ ਹੋ ਸਕਦਾ ਜਦ ਇੰਨਾ ਪਾਣੀ ਪੈਂਦਾਗਾ ਵਾਲੇ ਟੁੱਟੇ ਪਏ ਨੇ ਤੇ ਥੱਲੇ ਸੱਤ ਥੱਲੇ ਸੌਣਿਆ ਰਾਤ ਨੂੰ ਵਿੱਚ ਆਉਂਦੀ ਆ ਸੱਤ ਦਿਨ ਚ ਵੀ ਅਸੀਂ ਸਾਡਾ ਆ ਦੇਖੋ ਹੁਣ ਟਰਾਫੀਆਂ ਦੇ ਵਿੱਚ ਇਹ ਸਾਰੀਆਂ ਭਿੱਜੀਆਂ ਪਈਆਂ ਨੇ ਬਾਹਰੇ ਲੱਗ ਰਿਆ ਹੁਣ ਪਾਉਣਾ ਫਿਰ ਜਦੋਂ ਇਹ ਬੱਚੀ ਇੰਨੀ ਮਿਹਨਤ ਕਰਕੇ ਆਪਣੀ ਇਨਾਮ ਹਾਸਲ ਕਰਦੀ ਹੈ ਫਿਰ ਮਨ ਤੱਕ ਇਤੇ ਦੁਖੀ ਹਾਂਜੀ ਬਹੁਤ ਦੁਖੀ ਹੁੰਦਾ ਜੀ ਕੱਲ ਜਦੋਂ ਅਸੀਂ ਪਾਣੀ ਲੱਗ ਰਿਆ ਕੱਢਣਾ ਅਜੇ ਲੱਗ ਰਹੇ ਨੇ ਵੀਡੀਓ ਬਣਾਉਣਾ ਮੈਂ ਬਹੁਤ ਰੋ ਰਹੀ ਮੈਂ ਰੋਣ ਲੱਗ ਰਹੀ ਹਾਂ ਕੱਢਣ ਲੱਗ ਰਹੇ ਹੂੰ ਬਹੁਤ ਮਨ ਦੁਖੀ ਹੁੰਦਾ ਬੱਚੀ ਲੱਤਾਂ ਤੜਾ ਕੇ ਰਹਿ ਜਾਂਦੀ ਸਾਡੇ ਘਰ ਦੀਆਂ ਹਲਾਤਾ ਪਾਣੀ ਚ ਭਿੱਜ ਜਾਂਦੀਆਂ ਨੇ ਬੱਚੇ ਦੀ ਸੋ ਬਹੁਤ ਇੱਕ ਹਿੰਮਤ ਵਾਲੀ ਗੱਲ ਹੈਗੀ ਹੈ ਇਹਨਾਂ ਦੀ ਕਿ ਆਪਣੀ ਬੱਚੀ ਨੂੰ ਇੰਨੀ ਮਿਹਨਤ ਕਰਵਾ ਕੇ ਪੜਾ ਲਿਖਿਆ ਕੇ ਅੱਗੇ ਤੱਕ ਲੈ ਕੇ ਜਾ ਰਹੇ ਨੇ ਪਰ ਲੇਕਿਨ ਸਰਕਾਰਾਂ ਦਾ ਵੀ ਕੋਈ ਨਾ ਕੋਈ ਫਰਜ਼ ਜ਼ਰੂਰ ਬਣਦਾ ਹੈ ਜਦੋਂ ਇਹ ਜੇ ਬੱਚੇ ਅੱਗੇ ਵਧਣਾ ਚਾਹੁੰਦੇ ਨੇ ਤਾਂ ਸਰਕਾਰ ਨੂੰ ਚਾਹੀਦਾ ਕਿ ਇਹਨਾਂ ਬੱਚਿਆਂ ਦਾ ਹੱਥ ਫੜਿਆ ਜਾਵੇ ਸਾਡੇ ਨਾਲ ਪਿੰਡ ਦੇ ਇੱਕ ਆਗੂ ਵੀ ਹੈਗੇ ਨੇ ਗੁਰਜਿੰਦਰ ਸਿੰਘ ਹੁਰੀ ਹੈਗੇ ਨੇ ਗੁਰਜਿੰਦਰ ਕਿਸ ਤਰ੍ਹਾਂ ਦੇਖਦੇ ਹੋ ਤੁਹਾਡੇ ਪਿੰਡ ਦੀ ਲੜਕੀ ਹਰਪ੍ਰੀਤ ਬੜੀ ਹੁਣ ਹਾਰ ਹੈਗੀ ਆ ਪਰ ਲੇਕਿਨ ਕਿਸੇ ਵੀ ਸਮਾਜਿਕ ਸੰਸਥਾ ਵੱਲੋਂ ਜਾਂ ਸਰਕਾਰ ਵੱਲੋਂ ਹੱਥ ਨਹੀਂ ਫੜਿਆ ਜਾ ਰਿਹਾ ਬਿਲਕੁਲ ਜੀ ਸਾਡੀ ਹੁਣ ਹਰ ਬੇਟੀ ਹੈ ਅਸੀਂ ਬਹੁਤ ਹਿੰਮਤ ਇੰਨੇ ਬੇਟੀ ਨੂੰ ਕਿ ਬੇਟੀ ਚਲੋ ਕੰਮ ਕਰੋ ਆਪਣੀ ਕੋਸ਼ਿਸ਼ ਮਿਹਨਤ ਜਾਰੀ ਰੱਖੋ ਪਰ ਸਰਕਾਰਾਂ ਕਹਿ ਕੁਛ ਜਾਂਦੀਆਂ ਨੇ ਕਰਦੀਆਂ ਕੁਛ ਨਹੀਂ ਅਸੀਂ ਸਰਕਾਰ ਤੋਂ ਵੀ ਮੰਗ ਕਰਦੇ ਆ ਤੇ ਪਿੰਡ ਦੇ ਸਹਿਯੋਗੀ ਹੋਰ ਵੀ ਸੱਜਣ ਜੋ ਹਨ ਅਸੀਂ ਬੇਨਤੀ ਇਹਨਾਂ ਨੂੰ ਇਹ ਕਰਦੇ ਆ ਤੁਹਾਡੇ ਚੈਨਲ ਦੇ ਰਾਹੀਂ ਕਿ ਇਸ ਬੇਟੀ ਦੀ ਮਦਦ ਕੀਤੀ ਜਾਵੇ ਜੋ ਉਹਨਾਂ ਦਾ ਮਕਾਨ ਹੈ ਬਹੁਤ ਖਸਤਾ ਹਲਤਾਂ ਨੂੰ 78788 ਦਾ ਨਾਰ ਸਿੰਘ ਦੇ ਪਿਤਾ ਜੀ ਨੇ ਬਣਾ ਕੇ ਦਿੱਤਾ ਸੀ ਹੁਣ ਇਹ ਮਜ਼ਦੂਰੀ ਦਿਹਾੜੀ ਕਰਦਾ ਹੈ ਤਿੰਨ ਬੱਚੇ ਨੇ ਬੱਚੇ ਪਾਲਣ ਪੜਾਈ ਕਰਨ ਇਹਨਾਂ ਦੀ ਪੜਾਈ ਨਹੀਂ ਪੂਰੀ ਹੁੰਦੀ ਉਸ ਮਿਹਨਤ ਨਾਲ ਤਾਂ ਤੇ ਸਭ ਨੂੰ ਪਤਾ ਹੈ ਅੱਜ ਕੱਲ੍ਹ ਮੰਗਾਈ ਦੇ ਦੌਰ ਵਿੱਚ ਗੁਜ਼ਾਰਾ ਕਰਦਾ ਚਲਾਉਣਾ ਬਹੁਤ ਮੁਸ਼ਕਲ ਹੈ ਮੈਂ ਸਰਕਾਰਾਂ ਨੂੰ ਵੀ ਤੇ ਸਮਾਜਿਕ ਵੀ ਸੰਸਥਾ ਦੇ ਜੋ ਵੀ ਮੈਂਬਰ ਨੇ ਉਹਨਾਂ ਨੂੰ ਬੇਨਤੀ ਕਰਦਾ ਇਸ ਬੇਟੀ ਦੀ ਮਦਦ ਕਿਤੇ ਸਾਡੇ ਵੱਲੋਂ ਜਿੰਨਾ ਹੌਸਲਾ ਹੁੰਦਾ ਉਹ ਦਿੱਤਾ ਜਾਂਦਾ ਜੋ ਮਦਦ ਦੱਸਿਆ ਗਿਆ ਪਰਿਵਾਰ ਵੱਲੋਂ ਕਿ ਮਕਾਨ ਦੀ ਬੜੀ ਖਸਤਾ ਹਾਲਤ ਹੈ ਜਦੋਂ ਕੋਈ بارش ਆਉਂਦੀ ਹੈ ਤਾਂ ਇਹਨਾਂ ਦੀ ਜਾਨ ਤੇ ਬਣ ਜਾਂਦੀ ਹੈ ਕਿ ਮਕਾਨ ਦੀਆਂ ਛੱਤਾਂ ਨੇ ਜਿਹੜੀਆਂ ਚੋਣ ਲੱਗ ਜਾਂਦੀਆਂ ਨੇ ਮਕਾਨ ਦੇ ਵਿੱਚ ਪਾਣੀ ਭਰ ਜਾਂਦਾ ਹੈ ਬੈੱਡਾਂ ਦੇ نیچے ਅਸੀਂ ਦੇਖਿਆ ਕਿ ਇੱਟਾਂ ਲਗਾਈਆਂ ਹੋਈਆਂ ਨੇ ਕਿ ਬੈੱਡ ਨਾਲ ਗਲ ਜੇ ਤੇ ਇਸ ਤਰ੍ਹਾਂ ਦੇ ਜਦੋਂ ਹਾਲਾਤ ਬਣਦੇ ਨੇ ਕਿਤੇ ਨਾ ਕਿਤੇ ਸਵਾਲ ਜਿਹੜੇ ਸਰਕਾਰ ਦੇ ਉੱਪਰ ਖੜੇ ਹੁੰਦੇ ਨੇ ਤੁਸੀਂ ਵੀ ਇੱਕ ਰਾਜਨੀਤਿਕ ਪਾਰਟੀ ਦੇ ਨਾਲ ਜੁੜੇ ਹੋ ਹੋ ਪਰ ਲੇਕਿਨ ਸਰਕਾਰਾਂ ਵੱਲੋਂ ਜਦੋਂ ਵਾਅਦੇ ਦਾਅਵੇ ਕੀਤੇ ਜਾਂਦੇ ਨੇ ਵੱਡੇ ਵੱਡੇ ਫਿਰ ਉਹ ਇੰਪਲੀਮੈਂਟ ਕਿਉਂ ਨਹੀਂ ਹੁੰਦੇ ਉਹਨਾਂ ਨੂੰ ਲਾਗੂ ਕਿਉਂ ਨਹੀਂ ਕੀਤਾ ਜਾਂਦਾ ਕਿਹਾ ਜਾਂਦਾ ਸੀਗਾ ਕਿ ਜਿਹੜੇ ਕੱਚੇ ਮਕਾਨ ਨੇ ਉਹਨਾਂ ਨੂੰ 1.5 ਲੱਖ ਰੁਪਏ ਦਿੱਤੇ ਜੋ ਇਸ ਪਰਿਵਾਰ ਨੂੰ ਕੁਝ ਨਹੀਂ ਮਿਲਿਆ ਨਹੀਂ ਜੀ ਤਕਰੀਬਨ ਸਾਡੇ ਪਿੰਡ ਦੇ ਵਿੱਚ ਵੀ ਅਸੀਂ ਬਹੁਤ ਵਾਰ ਕੋਸ਼ਿਸ਼ ਕੀਤੀ ਹੈ ਕਿ ਇਹੋ ਜਿਹੇ ਘਰ ਇਹੋ ਜਿਹੇ ਮਕਾਨ ਤਕਰੀਬਨ ਸਾਡੇ ਪਿੰਡ ਦੇ ਵਿੱਚ 20-25 ਮਕਾਨ ਇਹੋ ਜਿਹੇ ਹੈਗੇ ਨੇ ਅਸੀਂ 3-4 ਵਾਰ ਸਰਵੇ ਵੀ ਕਰਵਾਇਆ ਹੈ ਸ਼ਹਿਰਾਂ ਦੇ ਵਿੱਚ ਸੁਣਿਆ ਜਿਵੇਂ ਆਪਾਂ ਦੜਬੇ ਸੁਣਦੇ ਆ 1.5 ਲੱਖ ਰੁਪਏ ਪੈ ਰਹੇ ਪਰ ਸਾਡੇ ਪਿੰਡ ਦੇ ਵਿੱਚ ਸਰਵੇ ਜਰੂਰ ਹੋਇਆ ਪਰ ਕਿਸੇ ਨੂੰ ਕੋਈ ਪੈਸਾ ਨਹੀਂ ਮਿਲਿਆ ਹੈਗਾ ਅਸੀਂ ਮੰਗ ਕਰਦੇ ਆ ਕਿ ਇਹੋ ਜਿਹੇ ਮਕਾਨ ਇਹੋ ਜਿਹੇ ਹੋਣ ਹਰ ਬੇਟੀਆਂ ਹੋਣ ਜਿਸ ਮਕਾਨ ਦੇ ਵਿੱਚ ਉਹਨਾਂ ਨੂੰ ਜਰੂਰ ਮਦਦ ਕੀਤੀ ਜਾਵੇ ਤਾਂ ਕਿ ਇਹ ਆਪਣੇ ਭਵਿੱਖ ਨੂੰ ਆਪਣੇ ਪੈਰਾਂ ਤੇ ਆਪ ਖੜੇ ਹੋ ਸਕਣ ਤੇ ਮਾਪੇ ਦੇ ਜੋ ਸੁਪਨੇ ਬੱਚੀ ਦੇ ਸੁਪਨੇ ਉਹ ਸਾਕਾਰ ਹੋ ਸਕਣ ਕਿਤੇ ਨਾ ਕਿਤੇ ਗੁਰਜਿੰਦਰ ਇਹ ਨਹੀਂ ਲੱਗਦਾ ਹੈਗਾ ਕਿ ਆਪਾਂ ਲੋਕ ਜਿਹੜੇ ਸਾਰੇ ਸਵਾਰਥੀ ਹੋ ਗਏ ਆ ਜਦੋਂ ਆਪਾਂ ਨੂੰ ਕੋਈ ਚੀਜ਼ ਦੀ ਜ਼ਰੂਰਤ ਹੁੰਦੀ ਆ ਆਪਾਂ ਆਪਣੇ ਵਾਸਤੇ ਬਿਲਕੁਲ ਮੰਗ ਲੈਣਿਆ ਸਰਕਾਰ ਤੋਂ ਵੀ ਮੰਗ ਲੈਣਿਆ ਜਾ ਕੇ ਆਪਾਂ ਧਰਨੇ ਵੀ ਲਾ ਦਨੇ ਆ ਸਾਰਾ ਕੁਝ ਕਰ ਲੈਣਿਆ ਜਦੋਂ ਕੋਈ ਇਹੋ ਜਿਹੇ ਬੱਚਿਆਂ ਵਾਸਤੇ ਗੱਲ ਆਉਂਦੀ ਆ ਫਿਰ ਆਪਾਂ ਇਕਜੁੱਟਤਾ ਕਿਉਂ ਨਹੀਂ ਦਿਖਾਉਂਦੇ ਉੱਥੇ ਕਿਉਂ ਨਹੀਂ ਆਪਾਂ ਸਰਕਾਰਾਂ ਦੇ ਅੱਗੇ ਖੜ ਕੇ ਲੜਦੇ ਹੈਗੇ ਇਹਨਾਂ ਦੇ ਹੱਕਾਂ ਵਾਸਤੇ ਕਿਉਂ ਨਹੀਂ ਲੜਦੇ ਕਿਤੇ ਨਾ ਕਿਤੇ ਜ਼ਰੂਰਤ ਨਹੀਂ ਹੈਗੀ ਕਿ ਆਪਾਂ ਸਾਰੇ ਇਕੱਠੇ ਹੋ ਕੇ ਇਹੋ ਜਿਹੇ ਬੱਚੇ ਨੂੰ ਅੱਗੇ ਲੈ ਕੇ ਜਾਈਏ ਬਿਲਕੁਲ ਜੀ ਸਾਡਾ ਵੀ ਫਰਜ਼ ਬਣਦਾ ਹੈ ਹੋਰ ਸਮਾਜ ਸਮਾਜ ਸੰਸਥਾ ਦਾ ਵੀ ਫਰਜ਼ ਬਣਦਾ ਹੈ ਇਹੋ ਜਿਹੀਆਂ ਬੇਟੀਆਂ ਮ ਸਰਕਾਰ ਕਿਨਾਰਾ ਦਿੰਦੀ ਹੈ ਬੇਟੀ ਬਚਾਓ ਬੇਟੀ ਪੜਾਓ ਬੇਟੀ ਬਚਾਵੇ ਲਈ ਬੇਟੀ ਪੜਾਵੇ ਲਈ ਬੇਟੀ ਮਿਹਨਤੀ ਬਹੁਤ ਕਰ ਰਹੀ ਹੈ ਪਰ ਕੁਝ ਸਰਕਾਰਾਂ ਇਹਨਾਂ ਦੇ ਨਾਲਾਂ ਸਪੋਰਟਸ ਜਿੰਨੀਆਂ ਸਾਡੀਆਂ ਧੀਆ ਪਣਾ ਨੇ ਇਹ ਇਕੱਠੇ ਹੋਣ ਸਾਡੇ ਕੋਲੇ ਆਉਣ ਹੋਰ ਸਮਾਜ ਸੇਵਕਾਂ ਕੋਲ ਜਾਣ ਅਸੀਂ ਇਹਨਾਂ ਦੀ ਤਨ ਦਿਨ ਤਨੋ ਮਨੋ ਤਨੋ ਜਿੱਥੇ ਕਹਿਣਗੇ ਧਰਨਾ ਵੀ ਲਾਵਾਂਗੇ ਰੈਲੀ ਵੀ ਕਰਾਂਗੇ ਜੋ ਸਰਕਾਰ ਤੋਂ ਮੰਗਾਂ ਨੇ ਮਜਬੂਰ ਸਰਕਾਰ ਨੂੰ ਮਜਬੂਰ ਕਰਕੇ ਇਹਨਾਂ ਦੀਆਂ ਮੰਗਾਂ ਨੂੰ ਜ਼ਰੂਰ ਪੂਰੀਆਂ ਕਰਵਾਉ। ਪਤਾ ਲੱਗੇ ਕਿ ਕਿਸਾਨ ਸੰਘਰਸ਼ ਚੱਲ ਰਿਹਾ ਹੈ ਬੜੇ ਲੰਮੇ ਸਮੇਂ ਤੋਂ ਚੱਲ ਰਿਹਾ ਹੈ ਸਭ ਨੂੰ ਪਤਾ ਹੈ ਕਿਉਂਕਿ ਨੈਸ਼ਨਲ ਲੈਵਲ ਤੱਕ ਕ੍ਰੀਡਾ ਸੰਘਰਸ਼ ਪਹੁੰਚਾ ਹੋਇਆ ਹੈ। ਇਸ ਬੱਚੀ ਨੇ ਸੰਘਰਸ਼ ਦੇ ਵਿੱਚ ਵੀ ਆਪਣਾ ਯੋਗਦਾਨ ਪਾਇਆ ਪਰ ਲੇਕਿਨ ਕਦੇ ਕਿਸੇ ਜਥੇਬੰਦੀ ਨੇ ਕਦੇ ਕਿਸੇ ਕਿਸਾਨ ਆਗੂ ਨੇ ਆ ਕੇ ਇਹਨਾਂ ਦੇ ਘਰ ਦੇ ਹਾਲਾਤ ਦੇਖੇ ਨੇ ਕਦੇ ਖੜੇ ਨਹੀਂ ਇਹਨਾਂ ਦੇ ਨਾਲ ਆ ਕੇ। ਦੇਖੋ ਜੀ ਹੋਂਹ ਹਰ ਬੇਟੀ ਮੈਂ ਕੋ ਅਕਸਰ ਕਿਸਾਨ ਪਰਨੇ ਜਾਨਣਾ ਰਹਿਣਾ ਮੈਂ ਕਈ ਵਾਰ ਇਹਨਾਂ ਦਾ ਲਾਈਫ ਵੀ ਚਲਾਇਆ ਹੈ ਤੇ ਅਜੇ ਕਿਸਾਨ ਮੇਰੇ ਹਿਸਾਬ ਨਾਲ ਜਿੱਥੇ ਤੱਕ ਮੇਰਾ ਮਨ ਮੰਨਦਾ ਹੈ ਕਿ ਕਿਸਾਨ ਜਥੇਬੰਦੀਆਂ ਤੱਕ ਅਜੇ ਇਸ ਦੀ ਆਵਾਜ਼ ਨਹੀਂ ਪਹੁੰਚੀ ਜਿਸ ਦਿਨ ਇਹਨਾਂ ਦੀ ਆਵਾਜ਼ ਅਸੀਂ ਪਹੁੰਚਾਵਾਂਗੇ ਤਾਂ ਮੈਨੂੰ ਜ਼ਰੂਰ ਉਮੀਦ ਲੱਗਦੀ ਹੈ ਕਿਸਾਨ ਜਥੇਬੰਦੀਆਂ ਤੋਂ ਕਿਸ ਬੇਟੀ ਦੀ ਤੇ ਇਸ ਪਰਿਵਾਰ ਦੀ ਮਦਦ ਜ਼ਰੂਰ ਕਰਨਗੇ ਕਦੇ ਪ੍ਰਸ਼ਾਸਨ ਨੂੰ ਕਦੇ ਲੋਕਲ ਪ੍ਰਸ਼ਾਸਨ ਨੂੰ ਜਾਂ ਡਿਪਟੀ ਕਮਿਸ਼ਨਰ ਸੰਗਰੂਰ ਨੂੰ ਕੋਈ ਤੁਹਾਡੇ ਵੱਲੋਂ ਲਿਖਤੀ ਮੰਗ ਪੱਤਰ ਕੋਈ ਇਸ ਤਰ੍ਹਾਂ ਦਾ ਸੌਂਪਿਆ ਗਿਆ ਕਿ ਬਹੁਤ ਇੱਕ ਹੋਣਹਾਰ ਬੱਚੀ ਆਪਣੇ ਸੰਗਰੂਰ ਜ਼ਿਲ੍ਹੇ ਦੇ ਵਿੱਚ ਹੈਗੀ ਆ ਜੇ ਕੋਈ ਪ੍ਰਸ਼ਾਸਨ ਜਾਂ ਸਰਕਾਰ ਉਹਦੀ ਬਾਹ ਫੜ ਲਵੇ ਤਾਂ ਇਹ ਬਹੁਤ ਵੱਡਾ ਮਕਾਮ ਹਾਸਲ ਕਰ ਸਕਦੀ ਹੈ ਤੁਹਾਡੇ ਚੈਨਲ ਦੇ ਜ਼ਰੀਏ ਅਸੀਂ ਕੱਲ ਵੀ ਇਹਨਾਂ ਦੇ ਘਰੇ ਆਏ ਸੀਗੇ ਅੱਜ ਵੀ ਤੁਹਾਡੇ ਨਾਲ ਖੜੇ ਆ ਤੇ ਅਸੀਂ ਪਰਿਵਾਰ ਨੂੰ ਪੁੱਛਿਆ ਸੀਗਾ ਸਾਡੇ ਨਾਲ ਵੈਸੇ ਇਸ ਬੀਸੇ ਤੇ ਕਦੀ ਗੱਲ ਨਹੀਂ ਹੋਈ ਕੱਲ ਮੈਂ ਪਰਿਵਾਰ ਨਾਲ ਗੱਲ ਕੀਤੀ ਹੈ ਤੇ ਅੱਜ ਵੀ ਕਰਾਂਗੇ ਇਹ ਕਹਿੰਦੇ ਅਸੀਂ ਕਦੇ ਕਿਸੇ ਤੱਕ ਅਪਰੋਚ ਨਹੀਂ ਕੀਤੀ ਹੁਣ ਮੈਂ ਆਪਦੇ ਵੱਲੋਂ ਇਹਨਾਂ ਨੂੰ ਵਿਸ਼ਵਾਸ ਦਿਵਾਉਣਾ ਕਿ ਇਹਨਾਂ ਨੂੰ ਨਾਲ ਲੈ ਕੇ ਇਹਨਾਂ ਦੇ ਘਰ ਦੀਆਂ ਫੋਟੋਆਂ ਲੈ ਕੇ ਐਮਐਲਏ ਸਾਹਿਬ ਸਾਡੇ ਹਰਪਾਲ ਸਿੰਘ ਚੀਮਾ ਜੀ ਨੇ ਉਹਨਾਂ ਨੂੰ ਕਹਿ ਕੇ ਡੀਸੀ ਸਾਹਿਬ ਤੋਂ ਜਿੰਨੀ ਵੀ ਮਦਦ ਹੋ ਸਕੇ ਇਹਨਾਂ ਦੀ ਮਕਾਨ ਵਾਸਤੇ ਤੇ ਬੇਟੀ ਦੀ ਪੜ੍ਹਾਈ ਲਿਖਾਈ ਤੇ ਹੋਰ ਜੋ ਵੀ ਇਸ ਨੂੰ ਕਿਸੇ ਡਾਇਟ ਦੀ ਲੋੜ ਹੈ ਜਾਂ ਕਿਸੇ ਕਿੱਟ ਦੀ ਲੋੜ ਹੈ ਉਹ ਸੀ ਮਦਦ ਕਰਨ ਦੇ ਵਿੱਚ ਪੂਰੇ ਸੀ ਐਮਐਲਏ ਸਾਹਿਬ ਨਾਲ ਕਹਿ ਕੇ ਪੂਰੀ ਮਦਦ ਕਰਾਂਗੇ ਪਰਿਵਾਰ ਨੂੰ ਮੈਂ ਵੈਸੇ ਇੱਥੇ ਰਾਜਨੀਤੀ ਨੂੰ ਇਸ ਮਾਮਲੇ ਦੇ ਵਿੱਚ ਪਾਉਣਾ ਨਹੀਂ ਚਾਹੁੰਦਾ ਸੀ ਜੇ ਤੁਸੀਂ ਸ਼ੁਰੂ ਕਰ ਲਈ ਗੱਲ ਰਾਜਨੀਤਿਕ ਲੋਕ ਨੇ ਜਿਹੜੇ 70 ਸਾਲਾਂ ਤੋਂ ਹੀ ਲੋਕਾਂ ਨੂੰ ਲੁੱਟਦੇ ਆ ਰਹੇ ਨੇ 70 ਸਾਲਾਂ ਤੋਂ ਹੀ ਲੋਕਾਂ ਨੂੰ ਲਾਰੇ ਲਾ ਕੇ ਆਪਣੀਆਂ ਵੋਟਾਂ ਲੈ ਜਾਂਦੇ ਨੇ ਇਹਨਾਂ ਤੋਂ ਵੀ ਵੋਟਾਂ ਲੈ ਕੇ ਜਾਂਦੇ ਹੋਣਗੇ ਜਦੋਂ ਨਾਰ ਸਿੰਘ ਜੀ ਵੋਟਾਂ ਆਉਂਦੀਆਂ ਨੇ ਤੁਹਾਡੇ ਘਰ ਆਉਂਦੇ ਹੋਣਗੇ ਲੀਡਰ ਹਾਂ ਜੀ ਅਸੀਂ ਨਾਲ ਜਾ ਕੇ ਪਿੰਡ ਦੇਆਂ ਵੋਟਾਂ ਵੀ ਪਵਾਉਣ ਹੈ ਜੀ ਹੋਰ ਵੀ ਵੋਟਾਂ ਪਵਾਉਣ ਹੈ ਜੀ ਅਸੀਂ ਉਦੋਂ ਤਾਂ ਫਿਰ ਚਾਹ ਪਾਣੀ ਵੀ ਪੀ ਕੇ ਜਾਂਦੇ ਹੋਣੇ ਹਾਂ ਜੀ ਚਾਹ ਪਾਣੀ ਪਿਲਾਉਂਦੇ ਆ ਜੀ ਤਿੰਨ ਦੋ ਤਿੰਨ ਵਾਰੀ ਮੈਂ ਪੰਚਾਇਤਾਂ ਮੈਂ ਬਰਵੀ ਜਿੱਤੇ ਹਾਂ ਫਿਰ ਉਦੋਂ ਨਹੀਂ ਕਦੇ ਐ ਨਹੀਂਗਾ ਉੱਪਰ ਨਹੀਂ ਗਈ ਹੋਈਗੀ ਵੀ ਆ ਤੁਹਾਡੇ ਜਿਹੜੇ ਛੱਤਾਂ ਨੇ ਤਾਂ ਕੱਚੀਆਂ ਨੇ ਹਾਂ ਜੀ ਇੱਧਰ ਨਹੀਂ ਧਿਆਨ ਹੁੰਦਾ ਜੀ ਉੱਪਰ ਬਹੁਤ ਟੰਗ ਨਹੀਂ ਧਿਆਨ ਹੁੰਦਾ ਜੀ ਉਹਨਾਂ ਨੂੰ ਹਾਂ ਸੋ ਬਿਲਕੁਲ ਗੁਰਜਿੰਦਰ ਮੈਂ ਇਸੇ ਗੱਲ ਤੇ ਆਉਣਾ ਚਾਹੁੰਦਾ ਸੀ ਆ ਰਾਜਨੀਤੀ ਲੋਕ ਨੇ ਜਿਹੜੇ ਆਪਾਂ ਦੇਖਦੇ ਆ ਕਿ ਹਰ ਵਾਰ ਵੋਟਾਂ ਲੈ ਜਾਂਦੇ ਨੇ ਵੋਟਾਂ ਸਮੇਂ ਵਾਅਦੇ ਵੀ ਵੱਡੇ ਕਰਦੇ ਨੇ ਪਰ ਲੇਕਿਨ ਉਹ ਵਾਅਦੇ ਜਿਹੜੇ ਨਿਭਾਉਣ ਦਾ ਸਮਾਂ ਆਉਂ ਅਪਾ ਕਿਸੇ ਵੀ ਪਾਰਟੀ ਦਾ ਨਾਮ ਨਹੀਂ ਲੈ ਲਵਾਂਗੇ ਸਾਰੀਆਂ ਪਾਰਟੀਆਂ ਜਿਹੜੀਆਂ ਇੱਕੋ ਜਿਹੀਆਂ ਦੇਖਦੇ ਆ ਅਸੀਂ ਸਾਰੀਆਂ ਪਾਰਟੀਆਂ ਨੂੰ ਕੋਈ ਵੀ ਪਾਰਟੀ ਜਿਹੜੀ ਹੈਗੀ ਆ ਲੋਕਾਂ ਦਾ ਕੁਝ ਨਹੀਂ ਸਵਾਰ ਸਕਦੀ ਇਸੇ ਕਰਕੇ ਅਸੀਂ ਸਮਾਜ ਸੇਵੀ ਲੋਕਾਂ ਨੂੰ ਕਹਿੰਨੇ ਹੁੰਦੇ ਆ ਅਪੀਲ ਕਰਦੇ ਆ ਹਮੇਸ਼ਾ ਉਹ ਅੱਗੇ ਵੀ ਆਉਂਦੇ ਨੇ ਇਹਨਾਂ ਲੋਕਾਂ ਦੀ ਬਾਹਮ ਵੀ ਫੜਦੇ ਨੇ ਤੇ ਹੁਣ ਤੁਸੀਂ ਰਾਜਨੀਤੀ ਦੇ ਨਾਲ ਜੁੜੇ ਵੀ ਹੋਏ ਹੋ ਅਸੀਂ ਤੁਹਾਨੂੰ ਕਹਾਂਗੇ ਕਿ ਇਸ ਪਰਿਵਾਰ ਦੀ ਮਦਦ ਕੀਤੀ ਜਾਵੇ ਕਿਉਂਕਿ ਤੁਹਾਡੇ ਪਿੰਡ ਦੀ ਲੜਕੀ ਆ ਤੁਸੀਂ ਕਟੋ-ਕਟ ਪ੍ਰਸ਼ਾਸਨ ਤੱਕ ਜਾ ਕੇ ਪਹੁੰਚ ਜ਼ਰੂਰ ਕਰੋ ਇਹਨਾਂ ਦੇ ਪਰਿਵਾਰ ਬਾਰੇ ਜਿਹੜੇ ਹਾਲਾਤ ਨੇ ਉਹਨਾਂ ਤੱਕ ਜ਼ਰੂਰ ਪਹੁੰਚਾਓ ਹਾਂਜੀ ਬਿਲਕੁਲ ਜੀ ਮੈਂ ਇਸ ਪਰਿਵਾਰ ਨੂੰ ਜ਼ਰੂਰ ਪ੍ਰਸਪੂਰਨ ਪ੍ਰੋਸਾ ਦਰਵਾਉਣਾ ਕਿ ਅਸੀਂ ਹਰ ਆਲ ਮਿਲ ਕੇ ਇਹਨਾਂ ਦੇ ਨਾਲ ਇਹਨਾਂ ਦੇ ਮੋਢੇ ਦੇ ਨਾਲ ਮੋਢਾ ਲਾ ਕੇ ਪ੍ਰਸ਼ਾਸਨ ਤੋਂ ਜ਼ਰੂਰ ਮੰਗ ਕਰਾਂਗੇ ਪ੍ਰਸ਼ਾਸਨ ਇਹਨਾਂ ਦੀ ਮੰਗ ਪੂਰੀ ਕਰਵਾਵਾਂਗੇ ਡੀਸੀ ਸਾਹਿਬ ਨੂੰ ਮਿਲਾਂਗੇ ਜੇ ਕਿਸੇ ਹੋਰ ਮੰਤਰੀ ਸ਼ੰਤਰੀ ਕਿਸੇ ਨੂੰ ਵੀ ਮਿਲਣਾ ਪਿਆ ਇਹਨਾਂ ਦੇ ਪਰਿਵਾਰ ਦੀ ਤੇ ਬੱਚੀ ਦੀ ਮਦਦ ਵਾਸਤੇ ਪੂਰੀ ਕੋਸ਼ਿਸ਼ ਕਰਾਂਗੇ ਸੋ ਬਹੁਤ ਬਹੁਤ ਧੰਨਵਾਦ ਸੋ ਦੋਸਤੋ ਤੁਸੀਂ ਸਾਰੇ ਹਾਲਾਤ ਜਿਹੜੇ ਹੈਗੇ ਨੇ ਹਰਪ੍ਰੀਤ ਦੇ ਪਰਿਵਾਰ ਦੇ ਦੇਖ ਹੀ ਲਏ ਹੈਗੇ ਨੇ ਕਿ ਜਿਹੜਾ ਮਕਾਨ ਹਰਪ੍ਰੀਤ ਦੇ ਪਰਿਵਾਰ ਦਾ ਹੈਗਾ ਬਹੁਤ ਖਸਤਾ ਹਾਲਤ ਦੇ ਵਿੱਚ ਹੈਗਾ ਜਦੋਂ ਕਦੇ ਇੱਕ ਦੋ ਦਿਨ ਬਾਰਿਸ਼ ਜਦੋਂ ਆਉਣ ਲੱਗ ਜਾਂਦੀ ਹੈਗੀ ਬਰਸਾਤੀ ਮੌਸਮ ਬਣ ਜਾਂਦਾ ਤਾਂ ਇਸ ਪਰਿਵਾਰ ਦਾ ਜਿਹੜਾ ਜੀਣਾ ਮੁਸ਼ਕਲ ਹੋ ਜਾਂਦਾ ਕਿਉਂਕਿ ਦਿਨ ਦੇ ਵਿੱਚ ਤਾਂ ਕਿਤੇ ਨਾ ਕਿਤੇ ਇਹ ਟਾਈਮ ਬਤੀਤ ਕਰ ਲੈਂਦੇ ਨੇ ਉਰਾਪਰਾ ਪੜੋਸੀਆਂ ਦੇ ਬੈਠ ਕੇ ਵੀ ਟਾਈਮ ਕੱਟ ਲੈਂਦੇ ਨੇ ਜਦੋਂ ਰਾਤ ਆਉਂਦੀ ਹੈ ਰਾਤ ਹੋਣ ਸ਼ੁਰੂ ਹੋ ਜਾਂਦੀ ਹੈ ਤਾਂ ਇਹਨਾਂ ਦਾ ਰਾਤ ਨਹੀਂ ਉਦੋਂ ਇਹਨਾਂ ਦਾ ਜਿਹੜਾ ਅੰਦਰੋਂ ਮਨ ਹੁੰਦਾ ਬਿਲਕੁਲ ਉਹ ਬੁਝਿਆ ਹੋਇਆ ਹੁੰਦਾ ਇਹਨਾਂ ਦੇ ਹੁੰਦਾ ਕਿਉਂਕਿ ਖਤਰਾ ਬਣ ਜਾਂਦਾ ਕਿ ਛੱਤ ਜਿਹੜੀ ਹੈਗੀ ਸੁੱਤੇ ਪਿਆਂ ਦੇ ਉੱਪਰ ਨਾ ਗਿਰ ਜਾਵੇ ਕਿਤੇ ਕਿਉਂਕਿ ਛੱਤ ਦੀਆਂ ਤਸਵੀਰਾਂ ਨੇ ਜਿਹੜੀਆਂ ਉਹ ਵੀ ਤੁਹਾਨੂੰ ਦਿਖਾਈ ਦਿੱਤੀਆਂ ਨੇ ਔਰ ਜਿਹੜਾ ਹਰਪ੍ਰੀਤ ਦੇ ਪਰਿਵਾਰ ਨੇ ਔਰ ਹਰਪ੍ਰੀਤ ਨੇ ਜਿਹੜਾ ਆਪਣਾ ਗੁੱਸਾ ਜ਼ਾਹਰ ਹੈ ਉਹ ਵੀ ਸਰਕਾਰ ਤੱਕ ਕੀਤਾ ਕਿ ਤਨਾ ਕਿਤੇ ਇਹਨਾਂ ਵੱਲੋਂ ਕਿਹਾ ਗਿਆ ਕਿ ਅਸੀਂ ਬੱਚੀ ਨੂੰ ਪੜ੍ਹਾ ਵੀ ਲਿਆ ਔਰ ਲਿਖਾ ਵੀ ਲਿਆ ਔਰ ਪਾਲ ਪਲੋਸ ਵੀ ਲਿਆ ਹੁਣ ਸਰਕਾਰਾਂ ਦਾ ਫਰਜ਼ ਬਣਦਾ ਹੈ ਕਿ ਇਸ ਬੱਚੀ ਦੀ ماں ਫੜਨ ਔਰ ਜਿੱਥੇ ਮਕਾਮ ਤੇ ਹਰਪ੍ਰੀਤ ਪਹੁੰਚਣਾ ਚਾਹੁੰਦੀ ਹੈ ਉਸ ਮਕਾਮ ਤੱਕ ਇਸ ਬੱਚੀ ਨੂੰ ਪਹੁੰਚਾਣ ਕਿਉਂਕਿ ਹਰਪ੍ਰ ਦੀ ਅੰਤਖ ਮਿਹਨਤ ਜਿਹੜੀ ਹੈਗੀ ਬੱਚੀ ਕਰਦੀ ਹੈ 500 ਤੋਂ ਵੱਧ ਇਨਾਮ ਜਿੱਤੇ ਹੋਏ ਨੇਗੇ ਬਰੋਜ਼ ਮੈਡਲ ਜਿਹੜਾ ਹੈਗਾ ਲੜਕੀ ਨੇ ਜਿੱਤਿਆ ਹੋਇਆਗਾ ਰਨਿੰਗ ਕਰਦੀ ਹੈ ਰਨਿੰਗ ਦੇ ਵਿੱਚ ਨੈਸ਼ਨਲ ਲੈਵਲ ਤੱਕ ਜਿਹੜਾ ਹੈਗਾ ਖੇਡ ਚੁੱਕੀ ਆ ਰਾਜਨੀਤਿਕ ਲੋਕਾਂ ਦੇ ਉੱਪਰ ਵੀ ਕਿਤੇ ਨਾ ਕਿਤੇ ਗੁੱਸਾ ਆਇਆ ਪਰ ਲੇਕਿਨ ਮੈਂ ਇੱਥੇ ਇੱਕ ਗੱਲ ਹੋਰ ਵੀ ਕਰਨੀ ਚਾਹੂੰਗਾ ਜਿਹੜੇ ਮੇਰੇ ਵੀਰ ਕਮੈਂਟ ਕਰਦੇ ਨੇ ਬੇਸ਼ੱਕ ਸਾਨੂੰ ਉਹ ਮਾੜੇ ਕਮੈਂਟ ਕਰਨ ਸਾਨੂੰ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਕਮੈਂਟ ਕਰਨ ਵਾਲਿਆਂ ਨੇ ਕਮੈਂਟ ਕਰਦੇ ਰਹਿਣਾ ਕੰਮ ਕਰਨ ਵਾਲਿਆਂ ਨੇ ਆਪਣਾ ਕੰਮ ਕਰਦੇ ਰਹਿਣਾ ਸੋ ਵੀਰੋ ਜਿਹੜੇ ਕਿਸਾਨ ਸੰਘਰਸ਼ ਦੇ ਵਿੱਚ ਇਹ ਲੜ ਇਹੀ ਆਪਣਾ ਯੋਗਦਾਨ ਪਾਉਂਦੀ ਰਹੀ ਆ ਉਹਨਾਂ ਕਿਸਾਨ ਜਥੇਬੰਦੀਆਂ ਨੂੰ ਵੀ ਥੋੜਾ ਬਹੁਤ ਚਾਹੀਦਾ ਹੈ ਕਿ ਅਜਿਹੇ ਬੱਚਿਆਂ ਵਾਸਤੇ ਆਪਾਂ ਕੁਝ ਆਵਾਜ਼ ਉਠਾਈਏ ਸਰਕਾਰ ਤੱਕ ਉਠਾਈਏ ਜੋ ਆਪਣੇ ਮੁੱਦੇ ਚੱਲ ਰਹੇ ਨੇ ਉਹ ਤਾਂ ਚੱਲ ਹੀ ਰਹੇ ਨੇ ਅਹੇਜੇ ਬੱਚਿਆਂ ਨੂੰ ਅੱਗੇ ਵਧਾਉਣ ਵਾਸਤੇ ਵੀ ਆਪਾਂ ਨੂੰ ਇੱਕਜੁੱਟਤਾ ਦਿਖਾਉਣੀ ਚਾਹੀਦੀ ਆ ਤਾਂ ਜੋ ਹਰਪ੍ਰੀਤ ਵਰਗੀ ਹੋਰ ਜਿਹੜੀ ਬੱਚੀ ਆ ਅੱਗੇ ਉੱਠੂਗੀ ਉਹਨੂੰ ਵੀ ਆਪਣੇ ਜਿਹੜੇ ਸੁਪਨੇ ਨੇ ਉਹ ਦਬਾਉਣੇ ਨਾ ਪੈਣ ਸਕੋ ਇੱਕ ਹੋਣਹਾਰ ਬੱਚੀਆਂ ਬਣ ਕੇ ਪੰਜਾਬ ਦਾ ਜਿਹੜਾ ਨੌ ਰੋਸ਼ਨ ਕਰਨ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰਨ ਪੰਜਾਬ ਲੋਕ ਚੈਨਲ ਦੇ ਲਈ ਸੰਜੀਵ ਗੋਇਲ ਸੰਗਰੂਰ